ਸਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਆਪ ਤਰੈ ਸਗਲੇ ਕੁਲ ਤਾਰੇ ਹਰ ਦਰ ਗੈ ਪਤ ਸਿਉਂ ਜਾਏਂਦਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਏ ਹੈ ਸੰਤ ਅੰਤ ਲਹੇਂਗੇ ਮੁਕਤ ਪਾਲ ਪਾਵੇਂਗੇ ਭਗਵੰਤ ਹੋਵੇ ਸਿਫਤ ਖਸਮਦੀ ਨੂਰੇ ਅਰਸੋਂ ਅਟੀ ਤੁਦ ਡਿਠੇ ਸੱਚੇ ਪਾਤਸ਼ਾਹ ਜਨਮ ਜਨਮ ਦੀ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਦਇਆ ਸਿੰਘ ਸੁਨ ਉਤਰ ਦਾਤੀ ਗੁਰ ਕੇ ਕੁੱਤੇ ਭੀ ਕਰਮਾਤੀ ਗੁਰਸਿੱਖਨ ਅਰ ਗੁਰ ਕੇ ਵਿਖੈ ਅਜ਼ਮਤ ਹੋਣ ਕੇ ਆਚਰਜ ਪਿਖੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ, ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਸਰਵਣ ਕਰ ਰਹੇ ਹਾਂ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ ਜਫਰਨਾਮਾ ਲੈ ਕੇ ਔਰੰਗਜ਼ੇਬ ਦੀ ਕਚਹਿਰੀ ਵਿੱਚ ਪਹੁੰਚੇ। ਔਰੰਗਜ਼ੇਬ ਇਹਨਾਂ ਦੋਵਾਂ ਸਿੱਖਾਂ ਨੂੰ ਮਿਲਿਆ ਹੈ, ਕਈ ਤਰ੍ਹਾਂ ਦੇ ਬਚਨ ਬਲਾਸ ਕਰਦਾ ਹੈ, ਤੁਸੀਂ ਕਿੱਥੋਂ ਆਏ ਹੋ, ਤੁਹਾਨੂੰ ਕਿਸ ਨੇ ਭੇਜਿਆ ਹੈ। ਅਤੇ ਭਾਈ ਦਇਆ ਸਿੰਘ ਨੇ ਉੱਤਰ ਦਿੱਤਾ ਸੀ, ਅਸੀਂ ਪੰਜਾਬ ਤੋਂ ਆਏ ਹਾਂ ਅਤੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭੇਜਿਆ ਹੈ। ਇਹ ਬਚਨ ਸੁਣ ਕੇ ਉਸ ਵੇਲੇ ਇਹ ਜੋ ਔਰੰਗਜ਼ੇਬ ਹੈ ਇਹ ਬੋਲਿਆ, ਇਹ ਕਹਿਣ ਲੱਗਾ ਭਾਈ ਦਇਆ ਸਿੰਘ ਫਿਰ ਇਹ ਦੱਸੋ ਕਿ ਤੁਸੀਂ ਗੁਰੂ ਦੇ ਸਿੱਖ ਹੋ, ਤੁਹਾਡੇ ਵਿੱਚ ਕਰਾਮਾਤ ਹੈ ਜਾਂ ਨਹੀਂ ਹੈ, ਇਹ ਮੈਨੂੰ ਦੱਸੋ। ਗੁਰਮੁਖੋ, ਧਾਰਮਿਕ ਗ੍ਰੰਥਾਂ ਦੇ ਵਿੱਚ ਇਬਰਾਨੀ ਅਤੇ ਅਰਬੀ ਜਿਹੜੇ ਗ੍ਰੰਥ ਨੇ ਨਾ, ਉਹਨਾਂ ਵਿੱਚ ਇਹ ਗੱਲ ਲਿਖੀ ਹੈ ਵੀ ਪੈਗੰਬਰ ਉਹ ਹੁੰਦਾ ਜਿਹਦੇ ਕੋਲ ਕਰਾਮਾਤ ਹੋਵੇ। ਭਾਵੇਂ ਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਨੇ ਕਰਾਮਾਤ ਨੂੰ ਕਹਿ ਰੱਖਿਆ ਹੈ, ਪਰ ਇਹ ਜਿਹੜੇ ਇਬਰਾਨੀ ਅਤੇ ਇਸੇ ਤਰ੍ਹਾਂ ਅਰਬੀ ਧਾਰਮਿਕ ਗ੍ਰੰਥ ਨੇ, ਉਹਨਾਂ ਵਿੱਚ ਪੈਗੰਬਰ ਦੀ ਨਿਸ਼ਾਨੀ ਕਰਾਮਾਤ ਹੀ ਲਿਖੀ ਹੈ, ਵੀ ਜੇ ਸ਼ਕਤੀ ਹੈ ਤਾਂ ਉਹ ਪੈਗੰਬਰ ਹੈ। ਅਤੇ ਔਰੰਗਜ਼ੇਬ ਇਹਨਾਂ ਗ੍ਰੰਥਾਂ ਨੂੰ ਸੁਣ ਕੇ ਮੁਲਾਣਿਆਂ ਦੇ ਕੋਲੋਂ, ਅਤੇ ਉਹ ਕਰਾਮਾਤ ਵੇਖਣ ਦੇ ਉੱਪਰ ਤੋਲੀ ਗਿਆ ਵੀ ਕਰਾਮਾਤ ਵਿਖਾਈ ਚੱਲੋ। ਬੜੇ ਬੜੇ ਪੀਰ ਫਕੀਰ ਆਉਂਦੇ ਬਾਦਸ਼ਾਹ ਦੇ ਦਰਬਾਰ ਵਿੱਚ, ਕਰਾਮਾਤਾਂ ਵਿਖਾਉਂਦੇ। ਬਾਬਾ ਰਾਮ ਰਾਏ ਦੀਆਂ ਸਾਖੀਆਂ 72 ਸ਼ਕਤੀਆਂ ਮੁੱਖ ਵਿਖਾਈਆਂ ਸਨ ਬਾਬਾ ਰਾਮ ਰਾਏ ਨੇ, ਹੋਰ ਨਿੱਕੀਆਂ ਮੋਟੀਆਂ ਕਿੰਨੀਆਂ ਕੁ ਵਿਖਾਈਆਂ ਗਿਣਤੀ ਕੋਈ ਨਹੀਂ ਹੈ। ਰੋਜ਼ ਹੀ ਕੋਈ ਨਾ ਕੋਈ ਕਰਾਮਾਤ ਵੇਖਣੀ ਚਾਹੁੰਦਾ ਹੈ।
ਇਹ ਹੁਣ ਕਰਾਮਾਤ ਵੇਖਣ ਦਾ ਇੰਨਾ ਭੁੱਸ ਪੈ ਗਿਆ, ਇੰਨਾ ਸਵਾਦ ਪੈ ਗਿਆ, ਇਹਨੇ ਭਾਈ ਦਇਆ ਸਿੰਘ ਨੂੰ ਵੀ ਇਹ ਸਵਾਲ ਕੀਤਾ। ਕਹਿਣ ਲੱਗਾ, ਦਇਆ ਸਿੰਘ, ਤੇਰੇ ਵਿੱਚ ਕਰਾਮਾਤ ਹੈ ਜਾਂ ਤੁਹਾਡੇ ਗੁਰੂ ਵਿੱਚ ਕਰਾਮਾਤ ਹੈ ਤਾਂ ਵਿਖਾਓ। ਜਦੋਂ ਇਹ ਸਵਾਲ ਕੀਤਾ, ਫਿਰ ਭਾਈ ਦਇਆ ਸਿੰਘ ਜੀ ਉਦੋਂ ਕੀ ਉੱਤਰ ਦਿੰਦੇ ਹੋ, ਆਪਾਂ ਸਰਵਣ ਕਰਾਂਗੇ, ਮਨ ਟਕਾ ਲਈਏ ਗੁਰੂ ਚਰਣਾਂ ਦੇ ਅੰਦਰ, ਮਿਲ ਕੇ ਆਖੀਏ ਸਤਨਾਮ ਗੁਰੂ ਸਾਹਿਬ ਜੀ। ਦਇਆ ਸਿੰਘ ਸੁਣੇ ਉੱਤਰ ਦਾਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਸਨ, ਭਾਈ ਦਇਆ ਸਿੰਘ, ਔਰੰਗਜ਼ੇਬ ਤੋਂ ਡਰਨਾ ਨਹੀਂ, ਬੇਖੌਫ ਰਹਿਣਾ ਹੈ, ਨਿਰਭੈ ਰਹਿ ਕੇ ਉਹਦੇ ਸਵਾਲਾਂ ਦੇ ਉੱਤਰ ਦੇਣੇ ਨੇ। ਔਰੰਗਜ਼ੇਬ ਨੇ ਪੁੱਛਿਆ ਕਿ ਤੇਰੇ ਵਿੱਚ ਕਰਾਮਾਤ ਹੈ, ਅਤੇ ਫਿਰ ਭਾਈ ਦਇਆ ਸਿੰਘ ਉਸ ਵੇਲੇ ਉੱਤਰ ਦਿੰਦੇ ਹਨ, ਗੁਰ ਕੇ ਕੁੱਤੇ ਭੀ ਕਰਾਮਾਤ। ਕਹਿਣ ਲੱਗੇ ਔਰੰਗਜ਼ੇਬ, ਸਾਡੇ ਵਿੱਚ ਤਾਂ ਕਰਾਮਾਤ ਹੋਣੀ ਹੈ, ਕਿਉਂਕਿ ਅਸੀਂ ਗੁਰੂ ਦੇ ਸਿੱਖ ਜੋ ਹੈ, ਬਾਣੀ ਪੜ੍ਹਦੇ ਹਾਂ। ਮਹਾਰਾਜ ਨੇ ਤਾਂ ਆਖਿਆ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ। ਗੁਰੂ ਦੇ ਸਿੱਖ ਦੀ ਤਾਂ ਬੰਦਗੀ ਇੰਨੀ ਹੈ, ਚਰਨਾਂ ਦੀ ਧੂੜੀ ਮਿਲ ਜਾਵੇ ਤਾਂ ਜਨਮ ਸਫਲਾ ਹੋ ਜਾਂਦਾ। ਕਰਾਮਾਤ ਕੀ ਚੀਜ਼ ਹੈ? ਅਤੇ ਇਤਿਹਾਸ ਵਿੱਚ ਆਪਾਂ ਬਚਨ ਸਰਵਣ ਕਰਦੇ ਹਾਂ, ਭਾਈ ਸ਼ਵੇਕ ਸਿੰਘ ਨੇ ਆਪਣੇ ਚਰਨਾਂ ਦੀ ਧੂੜੀ ਲਾ ਕੇ ਆਪਣੇ ਪੁੱਤਰ ਦੇ ਕਰਮ ਹੀ ਬਦਲ ਦਿੱਤੇ ਸਨ। ਗੁਰੂ ਦੇ ਸਿੱਖ ਦੀ ਬੜੀ ਕਮਾਈ ਹੈ, ਚਰਨਾਂ ਦੀ ਧੂੜੀ ਦੇ ਨਾਲ ਕਰਮ ਮਿਟ ਜਾਂਦਾ। ਭਾਈ ਦਇਆ ਸਿੰਘ ਕਹਿਣ ਲੱਗੇ, ਸਾਡੇ ਵਿੱਚ ਤਾਂ ਕਰਾਮਾਤ ਹੋਵੇਗੀ, ਅਸੀਂ ਗੁਰੂ ਦੇ ਸਿੱਖ ਹੋਏ। ਔਰੰਗਜ਼ੇਬ, ਗੁਰੂ ਦੇ ਦਰਵਾਜ਼ੇ 'ਤੇ ਬੈਠਾ ਹੋਇਆ ਕੁੱਤਾ, ਉਹਦੇ ਵਿੱਚ ਵੀ ਕਰਾਮਾਤ ਹੈ। ਜੇ ਤੂੰ ਕਰਾਮਾਤ ਦੀ ਗੱਲ ਕਰਦਾ, ਕੁੱਕਰ ਦੇ ਵਿੱਚ ਵੀ ਕਰਾਮਾਤ ਹੈ। ਗੁਰਮੁਖੋ ਆਪਾਂ ਗੁਰੂ ਘਰ ਆਉਂਦੇ ਹਾਂ ਨਾ, ਕਈ ਵਾਰੀ ਸੇਵਾਦਾਰਾਂ ਦੇ ਨਾਲ, ਸੇਵਾ ਕਰਨ ਵਾਲਿਆਂ ਦੇ ਨਾਲ ਐਵੇਂ ਲੜਦੇ ਰਹਿੰਦੇ, ਝਗੜਾ ਕਰਦੇ ਰਹਿੰਦੇ, ਆਪਣੀ ਪਗਾਉਣ ਵਾਸਤੇ ਆਪਣੀ ਹਿੰਡ ਨਹੀਂ ਛੱਡਦੇ। ਗੁਰੂ ਘਰ ਦੇ ਸੇਵਾਦਾਰਾਂ ਦੇ ਨਾਲ ਇਸ ਤਰ੍ਹਾਂ ਦਾ ਕੋਈ ਮਾੜਾ ਵਚਨ ਨਹੀਂ ਕਹਿਣਾ ਚਾਹੀਦਾ। ਭਾਈ ਦਇਆ ਸਿੰਘ ਕਹਿੰਦੇ, ਕੁੱਤਿਆਂ ਵਿੱਚ ਵੀ ਕਰਾਮਾਤ ਹੈ। ਜਿਹੜਾ ਮਹਾਰਾਜ ਦੇ ਦਰ 'ਤੇ ਖਲੋਤਾ ਪਹਿਰਾ ਦਿੰਦਾ ਪਿਆ, ਉਹ ਤਾਂ ਗੁਰੂ ਦਾ ਨਿਵਾਜਿਆ ਹੋਇਆ ਸਿੱਖ ਹੀ ਹੋਇਆ ਨਾ ਫਿਰ, ਅਤੇ ਉਹਦੇ ਮੂੰਹੋਂ ਨਿਕਲਿਆ ਵਚਨ ਫਿਰ ਦੁਨੀਆਂ ਵਿੱਚ ਕਿਸੇ ਨੇ ਮੋੜਨਾ ਨਹੀਂ ਹੈ। ਰਹੋ ਵਿਚਾਰ, ਭਾਈ ਦਇਆ ਸਿੰਘ ਕਹਿੰਦੇ, ਔਰੰਗਜ਼ੇਬ, ਸਾਡੀ ਕੀ ਗੱਲ ਕਰਦਾ, ਇੱਥੇ ਤਾਂ ਗੁਰੂ ਘਰ ਦੇ ਕੁੱਤੇ ਵੀ ਕਰਾਮਾਤੀ ਹਨ। ਔਰ ਸਿੱਖਣ ਔਰ ਗੁਰ ਕੇ ਬਿਖੈ, ਗੁਰੂ ਦੇ ਸਿੱਖ ਔਰ ਜਿਹੜੇ ਸਾਡੇ ਗੁਰੂ ਪਾਤਸ਼ਾਹ ਹਨ, ਅਜ਼ਮਤ ਹੋਣ ਕੇ ਅਚਰਜ ਬਿਖੈ, ਇਹਦੇ 'ਚ ਕੋਈ ਹੈਰਾਨ ਕਰਨ ਵਾਲੀ ਗੱਲ ਹੀ ਨਹੀਂ। ਗੁਰੂ ਵਿੱਚ ਕਰਾਮਾਤ ਹੈ ਜਾਂ ਨਹੀਂ ਹੈ, ਇਹ ਤਾਂ ਗੱਲ ਹੈਰਾਨ ਕਰਨ ਵਾਲੀ ਨਹੀਂ ਹੈ। ਗੁਰੂ ਸਾਡਾ ਤਾਂ ਹੈ ਹੀ ਪਰਮੇਸ਼ਰ ਹੈ, ਅਤੇ ਗੁਰੂ ਦੇ ਸਿੱਖ। ਮਹਾਰਾਜ ਕਹਿਣ ਲੱਗੇ, ਗੁਰੂ ਦਾ ਸਿੱਖ ਬਾਣੀ ਪੜ੍ਹਨ ਵਾਲਾ ਗੁਰੂ ਦਾ ਰੂਪ ਹੀ ਹੈ। ਹਰ ਜਨ ਦੋਈ ਏਕ ਹੈ, ਰੱਬ ਦਾ ਪਿਆਰਾ ਅਤੇ ਰੱਬ ਦੋਨੇ ਇੱਕ ਹੀ ਨੇ। ਕਹਿਣ ਲੱਗੇ, ਗੁਰੂ ਦੇ ਵਿੱਚ ਕਰਾਮਾਤ ਹੈ, ਇਹ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ, ਆਮ ਹੀ ਗੱਲ ਹੈ। ਅਤੇ ਗੁਰੂ ਦਿਆਂ ਸਿੱਖਾਂ ਵਿੱਚ ਕਰਾਮਾਤ ਹੈ, ਇਹ ਵੀ ਕੋਈ ਆਮ ਗੱਲ ਹੈ। ਔਰੰਗਾ ਸੁਣ ਸੁਲਗੀ ਸ਼ਬਦ, ਜਦੋਂ ਸੁਣੇ ਬਚਨ ਸੱਚੇ, ਜੇ ਕੋਈ ਬੋਲੇ ਸੱਚ ਕੂੜਾ ਜਲ ਜਾਵੇ। ਗੁਰਬਾਣੀ ਦਾ ਮਾਂ ਵਾਕ ਹੈ ਵੀ ਸੱਚਾ ਬਚਨ ਬੋਲੋ, ਝੂਠੇ ਬੰਦੇ ਨੂੰ ਤਾਂ ਉਸ ਵੇਲੇ ਅੱਗ ਲੱਗ ਜਾਂਦੀ। ਭਾਈ ਦਇਆ ਸਿੰਘ ਸਾਹਿਬ ਦਾ ਬਚਨ ਸੁਣ ਕੇ ਔਰੰਗਜ਼ੇਬ ਦੀ ਛਾਤੀ ਸੜ ਗਈ, ਅੱਗ ਲੱਗ ਗਈ ਉਸ ਵੇਲੇ। ਇਹ ਮੈਨੂੰ ਕੁੱਤੇ ਦੀ ਗੱਲ ਦੱਸਦਾ ਵੀ ਕੁੱਤੇ ਵਿੱਚ ਕਰਾਮਾਤ ਹੈ, ਸੁਣ ਕੇ ਬਚਨ ਸੜਿਆ ਹੈ। ਤਰਕਤ ਹੀ ਬੋਲਿਓ ਇਸ ਭਾਂਤੀ, ਗੁਰਮੁਖੋ ਤਰਕ ਕੀਤੀ ਹੈ। ਤਰਕ ਵੈਸੇ ਕਰਨੀ ਨਹੀਂ ਚਾਹੀਦੀ ਹੈ,
ਤਰਕ ਕਰਦਿਆਂ ਹੋਇਆ, ਕਟਾਸ਼ ਕਰਦਿਆਂ ਹੋਇਆ ਉਸ ਵੇਲੇ ਬੋਲਿਆ, ਕੀ ਆਖਦਾ ਹੈ? ਜੇ ਨਿਸ਼ੰਕ ਇਮ ਬਾਕ ਅਲਾਹ। ਭਾਈ ਦਇਆ ਸਿੰਘ, ਇਹ ਤਾਂ ਗੱਲ ਬੜੀ ਫਕਰ ਦੇ ਨਾਲ ਕਹੀ ਹੈ ਵੀ ਗੁਰੂ ਘਰ ਦੇ ਕੁੱਤੇ ਵਿੱਚ ਕਰਾਮਾਤ ਹੈ, ਕਹਿਣਾ ਤਾਂ ਬੜਾ ਸੌਖਾ ਹੈ। ਬੜੇ ਨਿਸ਼ੰਕ ਹੋ ਕੇ, ਬਿਨਾਂ ਕਿਸੇ ਝੱਕ ਤੋਂ, ਕਿਸੇ ਡਰ ਤੋਂ ਤੁਸੀਂ ਇਹ ਗੱਲ ਕਹੀ ਹੈ। ਤਰਕ ਕਰਦਾ ਪਿਆ ਔਰੰਗਜ਼ੇਬ, ਅੱਗੇ ਬਚਨ ਆਖਦਾ ਹੈ, ਇੱਕ ਕੁੱਤਾ ਇਸ ਥਲ ਮੰਗਵਾ। ਔਰੰਗਜ਼ੇਬ ਕਹਿੰਦਾ ਵੀ ਮੈਂ ਤਾਂ ਯਕੀਨ ਤਾਂ ਕਰਾਂਗਾ, ਇੱਕ ਕੁੱਤਾ ਇੱਥੇ ਲਿਆਂਦਾ ਜਾਵੇ, ਮੇਰੇ ਸਾਹਮਣੇ ਕੁੱਤਾ ਲਿਆਵੋ, ਕੁੱਤੇ ਨੂੰ ਕਹੋ ਵੀ ਕਰਾਮਾਤ ਕਰਕੇ ਵਿਖਾਵੇ, ਮੈਂ ਤਾਂ ਤਾਂ ਮੰਨਾਂਗਾ, ਮੈਂ ਨਹੀਂ ਮੰਨਦਾ। ਤੁਸੀਂ ਕਹਿ ਦਿੱਤਾ ਵੀ ਗੁਰੂ ਘਰ ਦੇ ਕੁੱਤੇ ਵਿੱਚ ਕਰਾਮਾਤ ਹੈ, ਪਰ ਹੈ ਤਾਂ ਵਿਖਾਓ। ਇਹ ਤਰਕ ਕੀਤੀ ਹੈ। ਤਰਕ ਵੈਸੇ ਕੁਝ ਹਿਸਾਬ ਦੇ ਨਾਲ ਠੀਕ ਹੈ, ਪਰ ਬਹੁਤੀ ਨਹੀਂ ਹੋਣੀ ਚਾਹੀਦੀ। ਵੈਸੇ ਅੱਜ ਕੱਲ੍ਹ ਤਾਂ ਗੁਰੂ ਕੇ ਸਿੱਖ ਗੁਰੂ ਦੀ ਬਾਣੀ ਉੱਪਰ ਹੀ ਤਰਕਾਂ ਕਰਦੇ, ਇਹਦੇ ਨਰਕਾਂ ਦਾ ਟੋਇਆ ਪਟਨਾ ਹੈ। ਰੋਹ ਵਿਚਾਰ ਇਹ ਆ ਵੀ ਔਰੰਗਜ਼ੇਬ ਨੇ ਤਰਕ ਇਹ ਕੀਤੀ ਹੈ, ਜੇ ਕੁੱਤੇ ਵਿੱਚ ਕਰਾਮਾਤ ਹੈ ਤੇ ਲਿਆਓ ਕੁੱਤਾ, ਫਿਰ ਸਾਨੂੰ ਵਿਖਾਉਣਾ ਕਰੋ। ਕਰਾਮਾਤ ਕਿਮ ਹੋਵੇ ਤਿਸ ਮਾਹੀ। ਅਸੀਂ ਵੇਖਦੇ ਹਾਂ ਵੀ ਤੁਹਾਡਾ ਬਚਨ ਸੱਚਾ ਹੈ ਕਿ ਝੂਠਾ ਹੈ। ਜੇ ਤੇ ਸੱਚਾ ਹੋਇਆ ਤੇ ਕੁੱਤੇ ਵਿੱਚ ਕਰਾਮਾਤ ਦਿਸੇਗੀ, ਜੇ ਝੂਠਾ ਹੋਇਆ ਤੇ ਫਿਰ ਨਹੀਂ ਦਿਸੇਗੀ। ਇਹ ਤੇ ਨਿਰਣਾ ਹੁਣੇ ਹੀ ਸਾਹਮਣੇ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਸਾਹਮਣੇ ਹੀ ਹੋਵੇਗਾ। ਜੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਕੁੱਤੇ ਵਿੱਚ ਕਰਾਮਾਤ ਹੈ ਤੇ ਲਿਆਓ, ਫਿਰ ਉਹ ਕੁੱਤੇ ਦੀ ਕਰਾਮਾਤ ਵੇਖਣਾ ਕਰੀਏ। ਦੇਹੋ ਦਿਖਾਏ ਆਨੋ ਮੁਝ ਪਾਹੀ, ਮੇਰੇ ਕੋਲ ਲਿਆਓ, ਕਿਉਂਕਿ ਮੈਂ ਤੇ ਹੱਥ ਤੇ ਸਰੋਂ ਜਮਾਉਂਦਾ ਹਾਂ। ਮੈਂ ਤੇ ਗੱਲਾਂ ਦੇ ਨਾਲ ਨਹੀਂ ਭਰੋਸਾ ਕਰਦਾ ਵੀ ਤੁਸੀਂ ਕਹਿ ਦਿੱਤਾ ਤੇ ਠੀਕ ਹੈ, ਨਹੀਂ ਮੈਨੂੰ ਵਿਖਾਓ ਲਿਆ ਕੇ। ਜੇ ਕੁੱਤੇ 'ਚ ਕਰਾਮਾਤ ਹੋਈ ਤੇ ਫਿਰ ਤੁਹਾਡਾ ਵਚਨ ਠੀਕ ਹੈ, ਗੁਰੂ ਵੀ ਸ਼ਕਤੀਸ਼ਾਲੀ ਹੈ, ਗੁਰੂ ਦੇ ਸਿੱਖ ਵੀ ਸ਼ਕਤੀਸ਼ਾਲੀ, ਪਰ ਉਹ ਤਾਂ ਮੰਨੇ ਜਾਣਗੇ ਜੇ ਕੁੱਤੇ ਵਿੱਚ ਕਰਾਮਾਤ ਹੈ, ਇਹ ਮੈਨੂੰ ਵਿਖਾਉਣਾ ਕਰੋ। ਸੁਣ ਕੇ ਦਇਆ ਸਿੰਘ ਫੁਰਮਾਇਓ। ਹੁਣ ਦਇਆ ਸਿੰਘ ਨੂੰ ਮਹਾਰਾਜ ਨੇ ਸਮਰੱਥ ਕਰਕੇ ਭੇਜਿਆ ਨਾ। ਭਾਈ ਜੇਠਾ ਜੀ ਨੂੰ ਆਖਿਆ ਸੀ ਨਾ ਗੁਰੂ ਅਮਰਦਾਸ ਪਾਤਸ਼ਾਹ ਨੇ, ਜਾਓ ਜਾ ਕੇ ਅਕਬਰ ਦੀ ਕਚਹਿਰੀ ਵਿੱਚ ਜਾ ਕੇ ਉਹਦੇ ਸਵਾਲਾਂ ਦਾ ਜਵਾਬ ਦੇ ਦਿਓ। ਭਾਈ ਜੇਠਾ ਜੀ ਕਹਿਣ ਲੱਗੇ, ਮਹਾਰਾਜ ਮੈਂ ਤਾਂ ਗ੍ਰੰਥ ਕੋਈ ਪੜ੍ਹਿਆ ਹੀ ਨਹੀਂ, ਛੋਟੇ ਹੁੰਦਿਆਂ ਮਾਤਾ ਪਿਤਾ ਚੜ੍ਹਾਈ ਕਰ ਗਿਆ, ਮੈਂ ਤਾਂ ਪਾਠਸ਼ਾਲਾ 'ਚ ਨਹੀਂ ਕਦੇ ਗਿਆ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਗੁਰੂ ਨਾਨਕ ਸਾਹਿਬ ਨੂੰ ਚੇਤੇ ਕਰਿਓ, ਸਾਰੀ ਵਿੱਦਿਆ ਤੁਹਾਡੇ ਸਾਹਮਣੇ ਆ ਜਾਣੀ। ਐਨ ਸ਼ੰਕ ਹੋ ਕੇ ਫਿਰ ਉੱਤਰ ਦਿੱਤੇ ਭਾਈ ਜੇਠਾ ਜੀ ਨੇ। ਉਹੀ ਦਇਆ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਦਇਆ ਸਿੰਘ 'ਤੇ ਕੀਤੀ ਹੈ। ਦਇਆ ਸਿੰਘ ਜੋ ਬਚਨ ਕਹੇਗਾ ਪੂਰਾ ਹੋਵੇਗਾ, ਅਤੇ ਭਾਈ ਦਇਆ ਸਿੰਘ ਨੇ ਭਰੋਸਾ ਰੱਖ ਕੇ ਉਸ ਵੇਲੇ ਫਿਰ ਬਚਨ ਆਖਿਆ ਹੈ। ਧਰਮ ਸਿੰਘ ਕੋ ਸਿਵਰ ਪਠਾਇਓ। ਭਾਈ ਧਰਮ ਸਿੰਘ ਜਿਹੜੇ ਨਾਲ ਸਨ ਪੰਜਾਂ ਪਿਆਰਿਆਂ ਦੇ ਜਥੇਦਾਰ, ਭਾਈ ਧਰਮ ਸਿੰਘ, ਭਾਈ ਦਇਆ ਸਿੰਘ ਜੀ ਨੇ ਧਰਮ ਸਿੰਘ ਨੂੰ ਆਖਿਆ, ਕਹਿਣ ਲੱਗਾ ਧਰਮ ਸਿੰਘ ਜੀ ਤੁਸੀਂ ਜਾਓ ਆਪਣੇ ਟਿਕਾਣੇ 'ਤੇ, ਜਿੱਥੇ ਆਪਾਂ ਆਰਾਮ ਕਰਦੇ ਹਾਂ ਨਾ, ਜਿੱਥੇ ਆਪਾਂ ਨੂੰ ਟਿਕਾਣਾ ਮਿਲਿਆ ਆਰਾਮ ਕਰਨ ਦਾ, ਸਿਵਰ ਕਹੀਏ ਟਿਕਾਣਾ, ਜਾਓ ਉੱਥੇ ਟਿਕਾਣੇ 'ਤੇ ਜਾਓ ਜਿੱਥੇ ਆਪਾਂ ਆਰਾਮ ਕਰਦੇ ਹਾਂ। ਲੈ ਕੂਕਰ ਸੋ ਗਏ ਸ਼ਿਕਾਰੀ, ਅਤੇ ਉਸ ਵੇਲੇ ਜਾਓ ਕੁੱਤਾ ਲੈ ਕੇ ਆਓ, ਜਿਹੜਾ ਉਹ ਸ਼ਿਕਾਰੀ ਕੁੱਤਾ ਕਿਤੇ ਨਾਲ ਹੀ ਰਹਿੰਦਾ ਸੀ ਸਿੰਘਾਂ ਦੇ, ਜਦੋਂ ਪ੍ਰਸ਼ਾਦਾ ਪਾਣੀ ਛਕਦੇ ਸਨ ਤਾਂ ਉਹਨੂੰ ਵੀ ਥੋੜ੍ਹਾ ਬਹੁਤਾ ਪ੍ਰਸ਼ਾਦਾ ਪਾ ਦੇਣਾ। ਕਹਿਣ ਲੱਗੇ ਵੀ ਉਹ ਜਿਹੜਾ ਕੁੱਤਾ ਨਾ ਹੈ ਸ਼ਿਕਾਰੀ ਕੁੱਤਾ ਹੈ, ਕਹਿੰਦੇ ਵੀ ਜਾਓ ਸ਼ਿਕਾਰੀ ਕੁੱਤੇ ਨੂੰ ਲੈ ਕੇ ਆਉਣਾ ਕਰੋ। ਪਤਲੋ ਮੁੱਖ ਲਾਂਗੁਲ ਸਟਕਾਰੀ, ਅਤੇ ਕਹਿਣ ਲੱਗੇ ਵੀ ਇਹ ਕੁੱਤੇ ਦਾ ਮੂੰਹ ਪਤਲਾ ਹੈ, ਅਤੇ ਇਸੇ ਤਰ੍ਹਾਂ ਲਾਂਗੁਲ ਜਿਹੜੀ ਇਸ ਦੀ ਪੂਛ ਹੈ, ਕਹਿਣ ਲੱਗੇ ਵੀ ਉਹ ਪੂਛ ਜਿਹੜੀ ਹੈ ਉਹ ਮਾਰਦਾ ਇੱਧਰ ਉੱਧਰ, ਪਤਲੇ ਮੂੰਹ ਵਾਲਾ, ਲੰਮੀ ਜਿਹੀ ਪੂਛ ਵਾਲਾ ਕੁੱਤਾ। ਸ਼ਿਕਾਰੀ ਕੁੱਤੇ ਜਿਹੜੇ ਹੁੰਦੇ ਬਹੁਤੇ ਮੋਟੇ ਨਹੀਂ ਹੁੰਦੇ, ਪਤਲਾ ਜਿਹਾ ਕਾਰਾ ਜਿਹਾ ਕੱਦ, ਕਿਉਂਕਿ ਭੱਜਣਾ ਹੁੰਦਾ ਨਾ ਸ਼ਿਕਾਰ ਕਰਨ ਵਾਸਤੇ, ਮੋਟਾ ਚੌੜਾ ਹੋ ਗਿਆ ਤਾਂ ਭੱਜੇਗਾ ਕਿੱਥੋਂ, ਉਹਨੇ ਤਾਂ ਆਫ ਜਾਣਾ ਪਹਿਲਾਂ ਹੀ।
ਭਾਈ ਦਇਆ ਸਿੰਘ ਕਹਿੰਦੇ ਵੀ ਜਾਓ ਕੁੱਤੇ ਨੂੰ ਲੈ ਕੇ ਆਉਣਾ ਕਰੋ। ਕਦ ਦੀਰਘ ਅਰ ਦਸਨ ਮਿਸਾਲਾ, ਇਹਦਾ ਕੱਦ ਬੜਾ ਵੱਡਾ ਸੀ, ਕੁੱਤੇ ਦੀਆਂ ਲੱਤਾਂ ਬੜੀਆਂ ਲੰਮੀਆਂ, ਕਿਉਂਕਿ ਭੱਜ ਕੇ ਸਹਿ ਵਗੈਰਾ ਫੜਨੇ ਜਿਹੜੇ ਪੰਛੀਆਂ ਦੇ ਮਗਰ ਭਜਾਉਣਾ, ਅਤੇ ਕੁੱਤੇ ਦੀਆਂ ਲੱਤਾਂ ਹੀ ਛੋਟੀਆਂ ਛੋਟੀਆਂ ਹੋਣਗੀਆਂ ਅਤੇ ਉੱਥੇ ਡਿੱਗਦਾ ਹੀ ਫਿਰੇਗਾ ਨਾ ਰਸਤੇ ਵਿੱਚ, ਲੰਮੀਆਂ ਕੁੱਤਾ ਲੰਮੀਆਂ ਲੱਤਾਂ ਵਾਲਾ ਕੁੱਤਾ। ਅਤੇ ਕਹਿਣ ਲੱਗੇ ਵੀ ਦੰਦ ਵੀ ਇਹਦੇ ਬੜੇ ਤਿੱਖੇ ਬਾਹਰ ਦਿਸਦੇ ਪਏ, ਬੜੇ ਤਿੱਖੇ ਇਸਦੇ ਦੰਦ ਹਨ। ਲੈ ਪਹੁੰਚਿਓ ਅੰਤਰ ਤਤਕਾਲ। ਉਸ ਵੇਲੇ ਭਾਈ ਦਇਆ ਸਿੰਘ ਆਪਣੇ ਤੰਬੂ ਦੇ ਵਿੱਚ, ਜਿੱਥੇ ਉਹ ਕੁੱਤਾ ਸੀ ਨਾ ਸ਼ਿਕਾਰੀ ਕੁੱਤਾ, ਲੰਮੀਆਂ ਲੱਤਾਂ ਵਾਲਾ, ਲੰਮੇ ਲੰਮੇ ਦੰਦਾਂ ਵਾਲਾ, ਬੜਾ ਭਿਅੰਕਰ, ਭਾਈ ਦਇਆ ਸਿੰਘ ਸਾਹਿਬ ਜੀ ਦੇ ਕੋਲ ਉਸ ਵੇਲੇ ਭਾਈ ਧਰਮ ਸਿੰਘ ਜੀ ਕੁੱਤਾ ਲੈ ਕੇ ਔਰੰਗਜ਼ੇਬ ਦੀ ਕਚਹਿਰੀ ਵਿੱਚ। ਵੇਖੋ ਗੁਰੂ ਕਿਆ ਸਿੱਖਾਂ ਦੀ ਕਿਹੋ ਜਿਹੀ ਕਰਾਮਾਤ ਹੈ, ਜਿਸ ਕਚਹਿਰੀ ਵਿੱਚ ਵੱਡੇ ਵੱਡੇ ਰਾਜਿਆਂ ਨੂੰ ਵੀ ਸਾਲ ਸਾਲ ਦੀ ਵੇਟ ਕਰਨੀ ਪੈਂਦੀ ਹੈ, ਗੁਰੂ ਕੇ ਸਿੱਖ ਉਸ ਕਚਹਿਰੀ ਵਿੱਚ ਕੁੱਤਾ ਹੀ ਲੈ ਗਿਆ। ਇਹ ਕਰਾਮਾਤ ਤੋਂ ਕਿਤੇ ਘੱਟ ਹੈ, ਜਿੱਥੇ ਰਾਜਿਆਂ ਨੂੰ ਜਾਣ ਦਾ ਹੁਕਮ ਨਹੀਂ, ਗੁਰੂ ਦੇ ਸਿੱਖ ਆਪਣਾ ਕੁੱਤਾ ਲੈ ਗਏ ਉੱਥੇ, ਇਹ ਵੀ ਤਾਂ ਕਰਾਮਾਤ ਹੀ ਹੋਈ ਨਾ। ਭਾਈ ਦਇਆ ਸਿੰਘ ਕੁੱਤਾ ਲੈ ਕੇ ਪਹੁੰਚੇ ਹਨ। ਔਰੰਗ ਨੇ ਢਿੱਗ ਖਰੋ ਨਿਹਾਰਾ, ਜਦੋਂ ਔਰੰਗਜ਼ੇਬ ਦੇ ਸਾਹਮਣੇ ਕੀਤਾ ਨਾ ਕੁੱਤਾ, ਅਤੇ ਕੁੱਤੇ ਨੇ ਵੇਖਿਆ ਔਰੰਗਜ਼ੇਬ ਦੇ ਵੱਲ, ਅਤੇ ਔਰੰਗਜ਼ੇਬ ਨੇ ਵੇਖਿਆ ਕੁੱਤੇ ਦੇ ਵੱਲ, ਜਦੋਂ ਆਹਮਣੇ ਸਾਹਮਣੇ ਹੋਏ ਹਨ। ਦਇਆ ਸਿੰਘ ਤਹਿ ਸੰਗ ਉਚਾਰਾ, ਉਸ ਵੇਲੇ ਭਾਈ ਦਇਆ ਸਿੰਘ ਨੇ ਕੁੱਤੇ ਵੱਲ ਆ ਕੇ ਕਹਿਣ ਲੱਗੇ, ਉਹ ਕੁਕਰ ਤੈਨੂੰ ਇਸੇ ਕਿਸੇ ਮਕਸਦ ਵਾਸਤੇ ਲਿਆਂਦਾ, ਕਿਸੇ ਕੰਮ ਵਾਸਤੇ ਲਿਆਂਦਾ। ਪਰ ਉਹ ਸ਼ਾਹ ਕੋ ਕੁਛ ਕੁਛ ਨਾਵਨ, ਉਸ ਵੇਲੇ ਕੁੱਤੇ ਨੇ ਕੰਨ ਹਿਲਾਇਆ ਵੀ ਦੱਸੋ, ਅਤੇ ਭਾਈ ਦਇਆ ਸਿੰਘ ਕਹਿੰਦੇ ਵੀ ਦੱਸਣਾ ਇਹ ਆ ਵੀ ਕੁਝ ਸੁਣਾ ਇਹਨੂੰ, ਆ ਬੈਠਾ ਬਾਦਸ਼ਾਹ, ਇਹਦੇ ਸਾਹਮਣੇ ਕੁਝ ਰੱਖ ਆਪਣਾ ਵਿਚਾਰ, ਕੋਈ ਸਾਹਮਣੇ ਕਹਿ, ਕੋਈ ਇਹਨੂੰ ਸਮਝ ਆਵੇ, ਤਾਂ ਕਿ ਪਤਾ ਲੱਗੇ ਵੀ ਤੇਰੇ ਵਿੱਚ ਕਰਾਮਾਤ ਹੈ ਕੁਕਰ, ਔਰੰਗਜ਼ੇਬ ਤੇਰੇ ਸਾਹਮਣੇ ਬੈਠਾ ਹੈ, ਇਹਨੂੰ ਕੁਝ ਸੁਣਾ ਆਪਣੇ ਮੂੰਹੋਂ ਕਹਿ ਕੇ, ਤਾਂ ਕਿ ਯਕੀਨ ਹੋਣਾ ਕਰੇ। ਜਿਸ ਕੇ ਸੁਣ ਮਨ ਕਰੇ ਨਿਭਾਵਨ, ਅਤੇ ਇਹਦਾ ਜਿਹੜਾ ਮਨ ਹੈ ਨੀਵਾਂ ਹੋਵੇ, ਇਹਦੇ ਹੰਕਾਰ ਦੇ ਘੋੜੇ 'ਤੇ ਬੜਾ ਉੱਚਾ ਹੋ ਕੇ ਚੜਿਆ ਬੈਠਾ ਹੈ, ਤੇਰੇ ਮੂੰਹੋਂ ਕੋਈ ਬਚਨ ਨਿਕਲੇਗਾ ਤਾਂ ਫਿਰ ਇਹਦਾ ਹੰਕਾਰ ਟੁੱਟੇਗਾ, ਇਸ ਕਰਕੇ ਕੋਈ ਬਚਨ ਸੁਣਾਉਣਾ ਕਰੋ। ਕੂਕਰ ਨੇ ਕੂਕ ਸੁਣਾਇਆ, ਕਹਿਣ ਲੱਗੇ ਵੀ ਕੁੱਤੇ ਨੇ ਸੁਣਿਆ ਨਾ ਬਚਨ ਭਾਈ ਦਇਆ ਸਿੰਘ ਸਾਹਿਬ ਜੀ ਦਾ, ਅਤੇ ਗੁਰੂ ਦੇ ਸਿੱਖ ਦੇ ਬਚਨਾਂ ਵਿੱਚ ਹੀ ਕਰਾਮਾਤ ਬਖਸ਼ਿਸ਼ਾਂ। ਕੁੱਤਾ ਫਿਰ ਉਸ ਵੇਲੇ ਕੂਕਿਆ ਉੱਚੀ ਸਾਰੀ ਆਵਾਜ਼ ਕੱਢ ਕੇ ਨਾ, ਅਤੇ ਉਸ ਵੇਲੇ ਕੁੱਤਾ ਫਿਰ ਸੁਣਾਉਣ ਲੱਗਾ ਹੈ, ਆਪਣਾ ਬੋਲ ਸ਼ਾਹੋ ਸਮਝਾਇਓ, ਆਪਣੀ ਬੋਲੀ ਦੇ ਵਿੱਚ ਬੋਲ ਕੇ ਅਤੇ ਔਰੰਗਜ਼ੇਬ ਨੂੰ ਸਮਝਾਇਆ, ਕਹਿਣ ਲੱਗੇ ਵੀ ਇਹ ਔਰੰਗਜ਼ੇਬ ਬਾਦਸ਼ਾਹ, ਜੇ ਤੂੰ ਸੁਣਨਾ ਚਾਹੁੰਦਾ ਤਾਂ ਫਿਰ ਮੇਰੇ ਕੋਲੋਂ ਸੁਣਨਾ ਕਰ। ਪੂਰਬ ਤੂੰ ਵਿੱਚ ਜਾਤ ਹਮਾਰੀ, ਔਰੰਗਜ਼ੇਬ ਨੇ ਵੇਖਿਆ ਵੀ ਕੁੱਤਾ ਬੋਲਿਆ, ਹੈਰਾਨ ਹੋ ਗਿਆ, ਪਰ ਇੱਥੇ ਹੈਰਾਨਗੀ ਇਹਦੇ ਸ਼ੁਰੂ ਹੋਈ ਹੈ, ਕੁੱਤਾ ਬੋਲਿਆ, ਕਹਿਣ ਲੱਗੇ ਔਰੰਗਜ਼ੇਬ ਤੇਰਾ ਅਤੇ ਸਾਡਾ ਫਰਕ ਕੋਈ ਨਹੀਂ ਹੈ, ਅਸੀਂ ਚਾਰ ਲੱਤਾਂ ਵਾਲੇ ਕੁੱਤੇ ਹਾਂ, ਦੁਨੀਆਂ ਨੂੰ ਭੌਂਕਦੇ ਰਹਿੰਦੇ, ਤੂੰ ਦੋ ਲੱਤਾਂ ਵਾਲਾ ਤੂੰ ਵੀ ਤਾਂ ਭੌਂਕਦਾ ਹੀ ਰਹਿੰਦਾ ਨਾ, ਕਦੇ ਕਿਹਨੂੰ ਦੁੱਖ ਦਿੱਤਾ, ਕਦੇ ਕਿਹਨੂੰ ਦੁੱਖ ਦਿੱਤਾ, ਤੇਰਾ ਅਤੇ ਸਾਡਾ ਫਰਕ ਕੋਈ ਨਹੀਂ। ਬਾਦਸ਼ਾਹ ਬੜਾ ਲੱਜਿਤ ਹੋਇਆ, ਇਹ ਕੁੱਤੇ ਨੇ ਮੈਨੂੰ ਆਪਣੇ ਵਰਗਾ ਕਹਿ ਦਿੱਤਾ। ਦੂਜਾ ਬਚਨ ਫਿਰ ਆਖਿਆ, ਔਰੰਗਜ਼ੇਬ ਇਹ ਤਖ਼ਤ 'ਤੇ ਬੈਠਣ ਤੋਂ ਪਹਿਲਾਂ ਪਿਛਲੇ ਜਨਮ ਦੇ ਵਿੱਚ ਤੂੰ ਵੀ ਕੁੱਤਾ ਸੀ ਸਾਡੇ ਵਰਗਾ, ਇਹ ਤਾਂ ਤੇਰਾ ਕੋਈ ਚੰਗਾ ਕਰਮ, ਕੋਈ ਦਾਨ ਪੁੰਨ ਕੀਤਾ, ਅੱਗੇ ਆ ਗਿਆ ਵੀ ਤੈਨੂੰ ਇਸ ਜਨਮ ਦੇ ਵਿੱਚ ਤੂੰ ਰਾਜਾ ਬਣ ਗਿਆ, ਪਰ ਪਿਛਲੇ ਜਨਮ ਦੇ ਵਿੱਚ ਤੂੰ ਸਾਡੇ ਵਰਗਾ ਕੁੱਤਾ ਹੀ ਹੈ। ਵਿਛੜਿਓ ਪੁੰਨ ਪਾਇਓ ਦੁੱਖ ਭਾਰੀ, ਇਹ ਕੁੱਤਾ ਕਹਿੰਦਾ ਵੀ ਤੂੰ ਕੋਈ ਚੰਗਾ ਕੰਮ ਕੀਤਾ ਸੀ, ਇਸ ਕਰਕੇ ਤੂੰ ਸਾਡੇ ਤੋਂ ਵਿਛੜ ਗਿਆ ਹੈ, ਤੈਨੂੰ ਬੜਾ ਸਮਾਂ ਹੋ ਗਿਆ ਵਿਛੜਿਆ, ਸਾਨੂੰ ਤੇਰੀ ਬੜੀ ਯਾਦ ਆਉਂਦੀ ਵੀ ਇਹ ਛੇਤੀ ਛੇਤੀ ਮਰ ਅਤੇ ਕੁੱਤਾ ਬਣ ਅਤੇ ਸਾਡੇ ਵਿੱਚ ਰਾਲਾ ਆ ਕੇ, ਤੇਰੇ ਬਿਨਾਂ ਜੀ ਨਹੀਂ ਲੱਗਦਾ, ਤੂੰ ਸਾਡੇ ਨਾਲੋਂ ਹੀ ਵਿਛੜਿਆ, ਸਾਡੇ ਵਿੱਚ ਹੀ ਆ ਕੇ ਮਿਲਣਾ ਕਰ, ਅਬ ਤੂੰ ਆਓ ਹਮਾਰੇ ਬੀਚ, ਸਾਡੇ ਵਿੱਚ ਆ ਜਾ, ਤੂੰ ਵੀ ਕੁੱਤਾ ਬਣ, ਅਸੀਂ ਵੀ ਭੌਂਕਿਆ ਕਰਾਂਗੇ, ਤੂੰ ਵੀ ਭੌਂਕਿਆ ਕਰੀ,
ਅਸੀਂ ਤੈਨੂੰ ਵੱਢਿਆ ਕਰਾਂਗੇ, ਤੂੰ ਸਾਨੂੰ ਵੱਢਿਆ ਕਰੀ, ਆ ਜਾ ਸਾਡੇ ਵਿੱਚ ਰਲਣਾ ਕਰ। ਵਿਛੜਿਓ ਚਿਰੰਕਾਲ ਕੋ ਨੀਚ, ਐ ਨੀਚ ਬਾਦਸ਼ਾਹ ਤੂੰ ਬੜੇ ਲੰਮੇ ਸਮੇਂ ਤੋਂ ਵਿਛੜਿਆ। ਔਰੰਗਜ਼ੇਬ ਨੂੰ ਜਿੱਥੇ ਵੱਡੇ ਵੱਡੇ ਸਰਦਾਰ ਜਾਂ ਕਹੀਏ ਵਜ਼ੀਰ ਸਲਾਮਾਂ ਕਰਦੇ ਪਏ, ਕੁੱਤੇ ਨੇ ਬੋਲ ਕੇ ਆਖਿਆ ਔਰੰਗਜ਼ੇਬ ਤੂੰ ਨੀਚ ਹੈ, ਤੇਰੇ ਵਰਗਾ ਨੀਚ ਹੈ ਹੀ ਕੋਈ ਨਹੀਂ, ਸਭ ਤੋਂ ਨੀਚ ਤੂੰ ਹੀ ਹੈ, ਜਿਹਨੇ ਆਪਣੇ ਭਰਾ ਧੋਖੇ ਨਾਲ ਮਰਵਾ ਦਿੱਤੇ, ਜਿਹਨੇ ਆਪਣੇ ਪਿਤਾ ਨੂੰ ਕੈਦ ਕਰਕੇ ਅਤੇ ਤੜਫਾ ਤੜਫਾ ਕੇ ਮਰਵਾਇਆ, ਆਪਣੀਆਂ ਭੈਣਾਂ ਅਤੇ ਆਪਣੀਆਂ ਧੀਆਂ ਤੱਕ ਕਤਲ ਕਰਵਾ ਦਿੱਤੀਆਂ, ਤੂੰ ਕਿਸੇ ਦਾ ਸਕਾ ਹੈ ਹੀ ਨਹੀਂ, ਤੂੰ ਤਾਂ ਨੀਚ ਹੈ। ਇਸ ਕਰਕੇ ਐ ਨੀਚਾ, ਇਹ ਤੈਨੂੰ ਤਖਤ ਹੁਣ ਸ਼ੋਭਾ ਨਹੀਂ ਦਿੰਦਾ ਹੈ। ਨਹੀਂ ਨਰਨ ਕੋ ਤੋਹੇ ਸਹੂਰ, ਇਹ ਜਿਹੜੇ ਦੁਨੀਆਂ ਦੇ ਲੋਕ ਨੇ ਨਾ ਮਨੁੱਖ, ਮਨੁੱਖਾਂ ਵਾਲੀ ਅਕਲ ਤੈਨੂੰ ਨਹੀਂ ਹੈ। ਸ਼ਹੂਰ ਨਾਮ ਅਕਲ ਦਾ ਹੀ ਹੈ, ਫਾਰਸੀ ਦਾ ਸ਼ਬਦ ਹੈ। ਕੁੱਤੇ ਨੇ ਆਖਿਆ ਤੈਨੂੰ ਬੰਦਿਆਂ ਵਾਲੀ ਅਕਲ ਥੋੜ੍ਹੀ ਹੈ, ਕਰਤੂਤ ਪਸ਼ੂ ਕੀ ਲੋਕ ਵਿਚਾਰਾ, ਤੇਰਾ ਜ਼ਰੂਰ ਮਨੁੱਖਾਂ ਵਾਲਾ ਜਨਮ ਹੈ ਪਰ ਕਰਤੂਤਾਂ ਕੁੱਤੇ ਵਾਲੀ ਹੈ, ਇਸ ਕਰਕੇ ਤੈਨੂੰ ਬੰਦਿਆਂ ਵਾਲੀ ਅਕਲ ਨਹੀਂ ਹੈ। ਤੋਹੇ ਨਰਨ ਕੋ ਤੋਹੇ ਨਹੀਂ ਤੋਹੇ ਨਰਨ ਕੋ ਤੋਹੇ ਸਹੂਰ, ਕਹਿਣ ਲੱਗੇ ਤੈਨੂੰ ਬੰਦਿਆਂ ਵਾਲੀ ਅਕਲ ਨਹੀਂ ਹੈ, ਤੇਰਾ ਸੁਭਾਅ ਤੇਰੇ ਕੰਮ ਕੁੱਤਿਆਂ ਵਰਗੇ ਹੀ ਹਨ, ਇਸ ਕਰਕੇ ਤੈਨੂੰ ਅਸੀਂ ਕੁੱਤਾ ਆਖਿਆ ਹੈ। ਤੌਰ ਰਹਿਣੇ ਕੀ ਕਹਾਂ ਜ਼ਰੂਰ, ਅਤੇ ਤੈਨੂੰ ਇੱਥੇ ਰਹਿਣ ਦੀ ਜ਼ਰੂਰਤ ਵੀ ਕੀ ਹੈ, ਕੁੱਤੇ ਦੇ ਬਿਨਾਂ ਕਿਹੜਾ ਵੀ ਇੱਥੇ ਦੇਸ਼ ਖਾਲੀ ਹੋ ਚੱਲਿਆ, ਤੈਨੂੰ ਇੱਥੇ ਰਹਿਣ ਦੀ ਲੋੜ ਨਹੀਂ, ਮਰ ਕੇ ਕੁੱਤਾ ਬਣ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਇਸ ਵੇਲੇ ਦਿੱਲੀ ਗਏ ਨਾ, ਉਸ ਵੇਲੇ ਕਾਂਸ਼ੀਪੁਰੀ ਵਿੱਚ ਵੀ ਮਹਾਰਾਜ ਨੇ ਚਰਨ ਪਾਏ ਅਤੇ ਸੁੱਕਾ ਹੋਇਆ ਬਾਗ ਇੱਥੇ ਹਰਿਆ ਹੋ ਗਿਆ ਸੀ, ਕਾਂਸ਼ੀ ਦੇ ਅੰਦਰ ਨਾ ਸੁੱਕਾ ਬਾਗ ਸੀ ਕਿਸੇ ਦਾ, ਜਦੋਂ ਮਹਾਰਾਜ ਨੇ ਚਰਨ ਪਾਏ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਰਾਮ ਥਾਂ ਸ਼ੁਭਾ ਵਾਲਾ ਹੋ ਜਾਂਦਾ ਨਾ, ਮਹਾਰਾਜ ਨੇ ਚਰਨ ਪਾਏ ਉਹ ਬਾਗ ਹਰਿਆ ਹੋ ਗਿਆ। ਲੋਕਾਂ ਨੇ ਆਖਿਆ ਵੀ ਕੋ ਕਰਾਮਾਤੀ ਸੰਤ ਆਇਆ, ਬੜੀ ਬੰਦਗੀ ਵਾਲਾ ਵੀ ਜਿਹਦੇ ਚਰਨ ਪੈਣ ਕਰਕੇ ਬਾਗ ਹਰਿਆ ਹੋਇਆ। ਲੋਕ ਆ ਗਏ ਮੱਥਾ ਟੇਕਣ ਵਾਸਤੇ, ਸਾਰਾ ਸ਼ਹਿਰ ਹੀ ਇਕੱਠਾ ਹੋ ਗਿਆ, ਮੇਲਾ ਲੱਗ ਗਿਆ। ਗੁਰਮੁਖੋ ਇੱਥੇ ਇੱਕ ਪੰਡਿਤ ਰਹਿੰਦਾ ਹੈ ਅਤੇ ਪੰਡਿਤ ਨੇ ਆਪਣਾ ਨਾਮ ਰਖਾਇਆ ਸੀ ਨਾਨਕ ਚੰਦ। ਇਹਨੇ ਨਾ ਭਵਿੱਖਤ ਪੁਰਾਣ ਨਾਮ ਦਾ ਗ੍ਰੰਥ ਪੜ੍ਹਿਆ ਸੀ, ਇੱਕ ਗ੍ਰੰਥ ਹੈ ਹਿੰਦੂ ਧਰਮ ਦੇ ਵਿੱਚ, ਉਸਨੂੰ ਭਵਿੱਖਤ ਪੁਰਾਣ ਕਹਿੰਦੇ ਨੇ, ਵੀ ਆਉਣ ਵਾਲੇ ਸਮਾਂ ਲਿਖਿਆ ਉਹਦੇ ਵਿੱਚ, ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਵੇਗਾ ਇਹ ਲਿਖਿਆ ਸੀਗਾ, ਗੁਰੂ ਗ੍ਰੰਥ ਸਾਹਿਬ ਦਾ ਅਵਤਾਰ ਹੋਵੇਗਾ ਇਹ ਵੀ ਉਹਦੇ ਵਿੱਚ ਲਿਖਿਆ। ਇਹਨੇ ਪੰਡਿਤ ਨੇ ਉਹ ਗ੍ਰੰਥ ਪੜ੍ਹਿਆ ਸੀ ਵੀ ਗੁਰੂ ਨਾਨਕ ਸਾਹਿਬ ਨੇ ਕਲਯੁੱਗ ਵਿੱਚ ਅਵਤਾਰ ਆਉਣਾ, ਇਹ ਦੁਨੀਆਂ ਨੂੰ ਕਹਿੰਦਾ ਵੀ ਮੈਂ ਹੀ ਹਾਂ ਉਹ ਜਿਹੜਾ ਅਵਤਾਰ ਆਉਣਾ, ਮੈਂ ਹੀ ਹਾਂ ਗੁਰੂ ਨਾਨਕ, ਮੈਨੂੰ ਮੱਥਾ ਟੇਕਿਆ ਕਰੋ ਅਤੇ ਦੁਨੀਆਂ ਦੀ ਪੂਜਾ ਕਰਿਆ ਕਰੇ। ਜਦੋਂ ਅਸਲੀ ਗੁਰੂ ਨਾਨਕ ਸਾਹਿਬ ਪਹੁੰਚ ਗਏ, ਲੋਕਾਂ ਨੇ ਮੱਥਾ ਟੇਕਿਆ, ਤੁਸੀਂ ਕੌਣ ਹੋ? ਭਾਈ ਮਰਦਾਨਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਨੇ। ਉਹ ਕਹਿੰਦੇ ਜੀ ਸਾਡੇ ਕੋਲ ਵੀ ਇੱਥੇ ਗੁਰੂ ਨਾਨਕ ਰਹਿੰਦਾ। ਉਹ ਕਹਿੰਦਾ ਮੈਂ ਗੁਰੂ ਨਾਨਕ ਹਾਂ, ਇਹ ਵੀ ਗੁਰੂ ਨਾਨਕ ਨੇ। ਜਦੋਂ ਉਹਨੂੰ ਨਕਲੀ ਨੂੰ ਪਤਾ ਲੱਗਾ, ਉਹਨੂੰ ਆਇਆ ਬੜੇ ਗੁੱਸੇ ਦੇ ਨਾਲ। ਹੁਣ ਜਿਹੜਾ ਨਕਲੀ ਹੈ ਉਹਦਾ ਗੁੱਸਾ ਜ਼ਿਆਦਾ, ਵਿਖਾਵਾ ਜ਼ਿਆਦਾ। ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਵੀ ਚਰਚਾ ਕਰੋ ਮੇਰੇ ਨਾਲ। ਹੁਣ ਉਹਦੇ ਮਨ ਵਿੱਚ ਮਾਣ ਇਹ ਹੈ ਵੀ ਮੈਂ ਬੜੇ ਗ੍ਰੰਥ ਪੜ੍ਹਿਆ ਹਾਂ ਅਤੇ ਮੇਰੇ ਗ੍ਰੰਥਾਂ 'ਚ ਇੰਨੀ ਵਿੱਦਿਆ ਇਹਨਾਂ ਕੋਲ ਹੈ ਨਹੀਂ, ਇਹਨਾਂ ਨੇ ਮੇਰੇ ਕੋਲੋਂ ਹਾਰ ਜਾਣਾ ਅਤੇ ਮੈਂ ਆਖਾਂਗਾ ਵੀ ਅਸਲੀ ਮੈਂ ਹੀ ਹਾਂ, ਇਹ ਨਕਲੀ ਨੇ। ਜਦੋਂ ਗੁਰੂ ਨਾਨਕ ਸਾਹਿਬ ਨੂੰ ਆ ਕੇ ਕਹਿੰਦਾ ਨਾ ਵੀ ਮੇਰੇ ਨਾਲ ਚਰਚਾ ਕਰੋ, ਅਤੇ ਮਹਾਰਾਜ ਕਹਿੰਦੇ ਭਾਈ ਤੇਰੇ ਨਾਲ ਚਰਚਾ ਕੀ ਕਰਨੀ ਹੈ, ਤੇਰੇ ਨਾਲ ਤਾਂ ਆ ਕੁੱਤਾ ਜਿਹੜਾ ਮਰਿਆ ਪਿਆ ਇਹ ਚਰਚਾ ਕਰੇਗਾ। ਹੈਰਾਨ ਹੋ ਗਿਆ ਮਹਾਰਾਜ, ਕੁੱਤਾ ਕਿਵੇਂ ਚਰਚਾ ਕਰੇਗਾ? ਸਤਿਗੁਰਾਂ ਨੇ ਸੁਭਾਵਕ ਹੀ ਆਖਿਆ, ਕਹਿਣ ਲੱਗੇ ਕੁੱਕਰ ਤੇਰੇ ਜਾਤ ਭਾਈ ਆਏ ਨੇ, ਉੱਠ ਕੇ ਚਰਚਾ ਕਰ।
ਜਦੋਂ ਇਹ ਗੱਲ ਕਹੀ ਤਾਂ ਉਹ ਪੰਡਿਤ ਬੜਾ ਹੈਰਾਨ, ਕਹਿੰਦਾ ਐਡਾ ਵੱਡਾ ਵਿਦਵਾਨ, ਐਡਾ ਵੱਡਾ ਪੰਡਿਤ, ਉੱਚੀ ਕੁੱਲ, 12 ਮੈਂ ਤਿਲਕ ਲਾਉਂਦਾ ਆਪਣੇ ਸਰੀਰ 'ਤੇ, ਹਰ ਵੇਲੇ ਮੈਂ ਹਰੀ ਹਰੀ ਕਰਦਾ ਰਹਿੰਦਾ, ਇਹ ਤੁਸੀਂ ਮੇਰਾ ਬੜਾ ਹੀ ਨਿਰਾਦਰ ਕੀਤਾ ਹੈ, ਵੀ ਮੈਨੂੰ ਕੁੱਤੇ ਦੇ ਨਾਲ ਮਿਲਾ ਦਿੱਤਾ ਹੈ। ਇਹ ਤਾਂ ਨਿਰਾਦਰੀ ਹੋ ਗਿਆ ਨਾ, ਉੱਚੀ ਕੁੱਲ ਦੇ ਪੰਡਿਤ ਨੂੰ, ਵਿਦਵਾਨ ਨੂੰ ਕੁੱਤੇ ਦੀ ਬਰਾਬਰੀ ਦੇਣੀ। ਮਹਾਰਾਜ ਦੇ ਨਾਲ ਉਸ ਵੇਲੇ ਝਗੜਾ ਕਰਦਾ ਨਾਰਾਜ਼ ਹੋ ਕੇ, ਤੁਸੀਂ ਇਹ ਕਿਉਂ ਕਿਹਾ ਵੀ ਮੇਰੇ ਜਾਤ ਭਾਈ ਆਏ ਨੇ, ਮੈਂ ਇਹਦੀ ਜਾਤ ਦਾ ਥੋੜ੍ਹੀ, ਇਹ ਤਾਂ ਕੁੱਤਾ ਅਤੇ ਮੈਂ ਬ੍ਰਾਹਮਣ। ਮਹਾਰਾਜ ਕਹਿੰਦੇ ਜਵਾਬ ਇਹੋ ਹੀ ਦੇਵੇਗਾ ਤੈਨੂੰ। ਕੁੱਤੇ ਦੀ ਆਤਮਾ ਨੂੰ ਪ੍ਰਗਟ ਕੀਤਾ ਅਤੇ ਉਹਨੇ ਬੋਲ ਕੇ ਦੱਸਿਆ, ਕਹਿਣ ਲੱਗਾ ਵੀ ਇਹ ਪੰਡਿਤ ਗੋਪਾਲ ਦੱਤ ਸੀ ਉਹਦਾ ਨਾਮ ਪੰਡਿਤ ਦਾ, ਗੋਪਾਲ ਦੱਤ ਹੰਕਾਰ ਨਾ ਕਰ, ਮੈਂ ਤੇਰਾ ਦਾਦਾ ਹਾਂ, ਮੇਰਾ ਨਾਮ ਬਿਸ਼ਨ ਦੱਤ ਹੈ, ਅਤੇ ਤੇਰੇ ਵਾਂਗੂ ਗ੍ਰੰਥ ਮੈਂ ਵੀ ਬੜੇ ਪੜ੍ਹਿਆ, ਤੂੰ ਵੀ ਗ੍ਰੰਥ ਪੜ੍ਹੇ, ਮੈਂ ਤੇਰਾ ਦਾਦਾ, ਮੈਂ ਵੀ ਤੇਰੇ ਵਾਂਗੂ ਬੜੀ ਵਿੱਦਿਆ ਪੜ੍ਹੀ ਹੈ, ਮੈਨੂੰ ਵਿੱਦਿਆ ਦਾ ਇੰਨਾ ਹੰਕਾਰ ਹੋ ਗਿਆ, ਇੱਕ ਵਾਰੀ ਕੋਈ ਪੂਰਨ ਸੰਤ ਸਾਧੂ ਵਿਚਰਦੇ ਹੋਏ ਮੇਰੇ ਪਿੰਡ ਵਿੱਚ ਆਏ, ਅਤੇ ਉਹਦੇ ਨਾਮ ਰਸੀਏ ਸਨ, ਸਿਮਰਨ ਭਜਨ ਕਰਨ ਵਾਲੇ, ਉਹਨਾਂ ਦੀ ਬੜੀ ਜੈ ਜੈਕਾਰ ਹੁੰਦੀ, ਅਤੇ ਮੇਰੇ ਮਨ ਵਿੱਚ ਈਰਖਾ ਆ ਗਈ ਵੀ ਇਹ ਅਨਪੜ੍ਹ ਸੰਤ ਹੈ, ਪੜ੍ਹਿਆ ਹੀ ਕੋਈ ਨਹੀਂ, ਇਹਨੂੰ ਲੋਕ ਸਤਿਕਾਰ ਦਿੰਦੇ ਪਏ, ਮੈਂ ਇੰਨੀ ਵਿੱਦਿਆ ਪੜ੍ਹਿਆ ਮੈਨੂੰ ਸਤਿਕਾਰ ਨਹੀਂ ਮਿਲਦਾ। ਮੇਰੇ ਮਨ ਵਿੱਚ ਈਰਖਾ ਆਈ ਅਤੇ ਮੈਂ ਈਰਖਾ ਵਿੱਚ ਉਹਨਾਂ ਸੰਤਾਂ ਨੂੰ ਜਾ ਕੇ ਆਖਿਆ ਜੀ ਮੇਰੇ ਨਾਲ ਚਰਚਾ ਕਰੋ, ਦੱਸੋ ਕਿਹੜੇ ਗ੍ਰੰਥ ਦੀ ਚਰਚਾ ਕਰੋਗੇ। ਅਤੇ ਉਹ ਸਾਧੂ ਬੜੇ ਨਿਰਮਲ ਮਨ ਵਾਲੇ ਸਨ, ਉਹਨਾਂ ਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗੇ ਪੰਡਿਤ ਜੀ ਵੀ ਅਸੀਂ ਤਾਂ ਪੜ੍ਹੇ ਹੀ ਕੁਝ ਨਹੀਂ, ਅਸੀਂ ਤਾਂ ਅਨਪੜ੍ਹ ਹਾਂ, ਅਸੀਂ ਤਾਂ ਬਸ ਰੱਬ ਦਾ ਨਾਮ ਹੀ ਲੈਣਾ ਜਾਣਦੇ ਹਾਂ, ਉਹਦੇ ਬਿਨਾਂ ਸਾਨੂੰ ਗ੍ਰੰਥ ਕੋਈ ਨਹੀਂ ਆਉਂਦਾ। ਆਉਂਦਾ ਮੈਂ ਦੂਜੀ ਵਾਰੀ ਫਿਰ ਆਖਿਆ, ਜੇ ਤੁਹਾਨੂੰ ਗ੍ਰੰਥ ਨਹੀਂ ਪੜ੍ਹਨਾ ਆਉਂਦਾ ਤੁਸੀਂ ਸੰਤ ਕਾਹਤੋਂ ਬਣ ਗਏ, ਤੁਸੀਂ ਤਾਂ ਐਵੇਂ ਰੋਟੀਆਂ ਦਾ ਆਪਦਾ ਬਣਾਇਆ ਢਕਵੰਜ ਬਣਾਇਆ ਹੋਇਆ, ਐਵੇਂ ਦੁਨੀਆ 'ਤੇ ਭਾਰ ਪਾਇਆ, ਤੁਸੀਂ ਤਾਂ ਵਿਹਲੜੋ, ਜੇ ਕੋਈ ਗ੍ਰੰਥ ਹੀ ਨਹੀਂ ਪੜ੍ਹਿਆ ਫਿਰ ਸਾਧ ਕਿਉਂ ਬਣੇ। ਉਹ ਬਚਨ ਸੁਣ ਕੇ ਅਤੇ ਉੱਠ ਕੇ ਤੁਰ ਪਏ ਵੀ ਚਲੋ ਅਸੀਂ ਜਾਂਦੇ ਹਾਂ, ਵੀ ਇਹਦੇ ਨਾਲ ਝਗੜਾ ਕੀ ਕਰਨਾ। ਜਦੋਂ ਉੱਠ ਕੇ ਤੁਰੇ ਇਹਨੇ ਆਖਿਆ ਵੀ ਮੈਂ ਤਾਂ ਜਿੱਤ ਗਿਆ, ਇਹ ਮਗਰ ਤੁਰ ਪਿਆ ਉਹਨਾਂ ਦੇ, ਤੁਸੀਂ ਪਖੰਡ ਕਰਦੇ ਹੋ, ਦੁਨੀਆਂ ਨੂੰ ਲੁੱਟ ਕੇ ਖਾਂਦੇ ਹੋ, ਗ੍ਰੰਥ ਤੁਸੀਂ ਪੜ੍ਹਿਆ ਕੋਈ ਨਹੀਂ, ਵਿੱਦਿਆ ਕੋਈ ਪੜ੍ਹੀ ਨਹੀਂ ਹੈ, ਇੱਥੇ ਕਿਉਂ ਤੁਸੀਂ ਆਏ। ਜਦੋਂ ਮਗਰ ਹੀ ਤੁਰਿਆ ਗਿਆ ਨਾ ਤਾਂ ਉਹਨਾਂ ਦੇ ਸੁਭਾਵਿਕ ਮੂੰਹੋਂ ਬਚਨ ਨਿਕਲ ਗਿਆ, ਕਹਿਣ ਲੱਗੇ ਕਿਉਂ ਕੁੱਤੇ ਵਾਂਗੂ ਭੌਂਕਦਾ ਪਿਆ, ਲੱਗਦਾ ਕੁੱਤੇ ਦੇ ਜਨਮ ਦੇ ਵਿੱਚ ਹੀ ਪਵੇਗਾ, ਸਾਡੇ ਮਗਰ ਤੁਰਿਆ। ਉਹ ਬਿਸ਼ਨ ਦੱਤ ਕਹਿਣ ਲੱਗਾ ਵੀ ਉਹ ਸਾਧੂ ਦੇ ਮੂੰਹ ਦਾ ਬਚਨ ਨਿਕਲਿਆ ਅਤੇ ਮੈਨੂੰ ਕੁੱਤਾ ਬੰਨਾ ਪਿਆ, ਐਡੇ ਵੱਡੇ ਵਿਦਵਾਨ ਨੂੰ, ਗ੍ਰੰਥ ਪੜ੍ਹੇ ਨੂੰ, ਮੈਂ ਸਾਧੂ ਦਾ ਸ਼ਰਾਫ ਹੀ ਲੈ ਬੈਠਾ ਅਤੇ ਕੁੱਤਾ ਬਣ ਕੇ ਬੈਠਾ। ਇਹ ਤਾਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਹੈ, ਮੈਨੂੰ ਵੀ ਜਨਮ ਦੇ ਵਿੱਚੋਂ ਮਹਾਰਾਜ ਨੇ ਬਾਹਰ ਕੱਢਿਆ, ਕੁੱਤੇ ਦੀ ਜੂਨ ਤੋਂ ਛੁਟਕਾਰਾ ਕੀਤਾ ਹੈ, ਇਹ ਮੇਰੇ ਪੋਤਰੇ ਗੋਪਾਲ ਦੱਤ ਇਹਨਾਂ ਦੇ ਚਰਨ ਫੜ ਲਾ, ਤੇਰਾ ਭਲਾ ਹੋਵੇਗਾ। ਇਹ ਖੁਦ ਮਾਲਕ ਨੇ, ਇਹ ਨਿਰੰਕਾਰ ਨੇ, ਤੂੰ ਨਕਲੀ ਹੈ ਅਤੇ ਇਹ ਅਸਲੀ ਨੇ। ਮਾਨ ਟੁੱਟਿਆ, ਗੋਪਾਲ ਦੱਤ ਦਾ ਚਰਨ ਫੜੇ, ਮਹਾਰਾਜ ਨੇ ਫਿਰ ਚਾਰ ਪੌੜੀਆਂ ਦਾ ਸ਼ਬਦ ਉੱਥੇ ਬਖਸ਼ਿਸ਼ ਕੀਤਾ ਸੀ, ਪੜ੍ਹ ਪੁਸਤਕ ਸੰਧਿਆ ਬਾਦੰਗ, ਸਿਲ ਪੂਜਿਸ ਬਗਲ ਸਮਾਦੰਗ, ਮੁੱਖ ਝੂਠ ਬਭੂਖਣ ਸਾਰੰਗ, ਤ੍ਰੈਪਾਲ ਅਤੇ ਹਾਲ ਵਿਚਾਰੰਗ, ਗਲ ਮਾਲਾ ਤਿਲਕ ਲਲਾਟੰਗ, ਦੋਏ ਧੋਤੀ ਬਸਤਰਕ ਪਾਟੰਗ, ਜੋ ਜਾਨਸ ਬ੍ਰਹਮੰ ਕਰਮੰਗ, ਸਭ ਫੋਕਟ ਨਿਸ਼ਚੋ ਕਰਮੰਗ, ਕਹੁ ਨਾਨਕ ਨਿਸ਼ਚੋ ਧਿਆਵੈ ਬਿਨ ਸਤਿਗੁਰ ਬਾਟ ਨਾ ਪਵੈ। ਇਹ ਚਾਰ ਪੌੜੀਆਂ ਰਚ ਕੇ ਮਹਾਰਾਜ ਨੇ ਉਹਦੇ ਦਾਦੇ ਬਿਸ਼ਨ ਦੱਤ ਦਾ ਵੀ ਭਲਾ ਕੀਤਾ ਅਤੇ ਪੋਤਰੇ ਗੋਪਾਲ ਦੱਤ ਦਾ ਵੀ ਭਲਾ ਕੀਤਾ। ਇੱਥੇ ਬਚਨ ਉਹੀ ਆ ਗਿਆ ਹੈ, ਮਹਾਰਾਜ ਕਿਰਪਾ ਕਰਨ ਅਤੇ ਕੁੱਤੇ ਵੀ ਬੋਲਣ ਲੱਗ ਪੈਂਦੇ, ਉਪਦੇਸ਼ ਦਿੰਦੇ ਪਏ। ਅਤੇ ਭਾਈ ਦਇਆ ਸਿੰਘ ਨੇ ਬਚਨ ਆਖਿਆ ਵੀ ਇਹ ਕੁੱਕਰ, ਔਰੰਗਜ਼ੇਬ ਕੁਝ ਪੁੱਛਣਾ ਚਾਹੁੰਦਾ ਅਤੇ ਦੱਸ। ਅਤੇ ਫਿਰ ਕੁੱਕਰ ਨੇ ਆਖਿਆ ਵੀ ਔਰੰਗਜ਼ੇਬ
ਤੂੰ ਹੈ ਤਾਂ ਵੈਸੇ ਕੁੱਤਿਆਂ ਵਾਲੇ ਕੰਮਾਂ ਵਾਲਾ ਹੀ ਹੈ ਅਤੇ ਤੈਨੂੰ ਇਹ ਤਖ਼ਤ ਸੋਭਾ ਨਹੀਂ ਦਿੰਦਾ, ਸਾਡੇ ਵਿੱਚੋਂ ਨਿਖੜ ਕੇ ਤੂੰ ਰਾਜਾ ਬਣਿਆ, ਮਰ ਕੇ ਤੂੰ ਕੁੱਤਾ ਬਣ ਕੇ ਸਾਡੇ ਵਿੱਚ ਹੀ ਮਿਲਣਾ ਹੈ। ਜਦੋਂ ਕੁੱਤੇ ਨੇ ਇਹ ਗੱਲ ਆਖੀ ਹੈ, ਸ਼ਾਹੋ ਸ਼ਰਮਿੰਦਾ ਭਇਓ, ਔਰੰਗਜ਼ੇਬ ਬੜਾ ਸ਼ਰਮਸਾਰ ਹੋਇਆ ਵੀ ਹੁਣ ਕੀ ਕਹਾਂ, ਕੁੱਤੇ ਦਾ ਕੀ ਵਿਗਾੜ ਲੈਣਾ, ਨਾਲੇ ਮੈਂ ਆਪੇ ਤਾਂ ਕਿਹਾ ਸੀ ਵੀ ਕੁੱਤੇ ਨੂੰ ਬੁਲਾਓ ਅਤੇ ਦੱਸੋ ਵੀ ਇਹਦੇ 'ਚ ਕਰਾਮਾਤ ਹੈ, ਅਤੇ ਇਹਨਾਂ ਨੇ ਕਰਾਮਾਤ ਨਾਲ ਬੁਲਾਇਆ। ਮੈਂ ਤਾਂ ਭਰੀ ਹੋਈ ਸਭਾ ਦੇ ਵਿੱਚ ਆਪਣੇ ਆਪ ਨੂੰ ਕੁੱਤਾ ਖਵਾ ਲਿਆ, ਕੁੱਤੇ ਕੋਲੋਂ ਵੀ ਕੁੱਤਾ ਖਵਾ ਲਿਆ, ਬੜੀ ਸ਼ਰਮ ਵਾਲੀ ਗੱਲ ਹੈ। ਬੜਾ ਸ਼ਰਮਿੰਦਾ ਹੋਇਆ ਉਸ ਵੇਲੇ ਬਚਨ ਸੁਣ ਕੇ, ਇਸ ਪ੍ਰਕਾਰ ਨਾ ਬੋਲੇ ਹੋ ਗਏ। ਹੁਣ ਬੋਲਿਆ ਨਹੀਂ ਜਾਂਦਾ, ਪਤਾ ਵੀ ਹੁਣ ਕੁੱਤੇ ਦਾ ਕੰਮ ਤਾਂ ਭੌਂਕਣਾ ਹੀ ਹੈ, ਜੇ ਮੈਂ ਕੁਝ ਬੋਲਾਂਗਾ ਤਾਂ ਇਹਨੇ ਅੱਗੋਂ ਮੈਨੂੰ ਫਿਰ ਕੁਝ ਨਾ ਕੁਝ ਸੁਣਾ ਦੇਣਾ। ਕੁੱਤੇ ਦੀ ਤਾਂ ਚਲੋ ਮੰਨ ਲਓ ਕਿ ਇੱਜ਼ਤ ਨਹੀਂ ਹੈ, ਮੇਰੀ ਤਾਂ ਥੋੜ੍ਹੀ ਬਹੁਤੀ ਹੈ, ਮੈਂ ਤਖ਼ਤ 'ਤੇ ਬੈਠਾ। ਹੁਣ ਸ਼ਰਮਿੰਦਾ ਹੋਇਆ, ਕਹਿਣ ਲੱਗੇ ਵੀ ਕੁੱਤੇ ਦੇ ਅੱਗੇ ਬੋਲਦਾ ਨਹੀਂ ਹੈ। ਮਸਲਨ ਦੀ ਮਰਾਏ, ਜਿਹੜੇ ਕੋਲ ਸਲਾਹ ਦੇਣ ਵਾਲੇ ਬੈਠੇ ਨਾ ਬਾਦਸ਼ਾਹ ਨੂੰ, ਉਹਨਾਂ ਵੱਲ ਵੇਖਿਆ, ਉਹ ਥੋੜ੍ਹਾ ਥੋੜ੍ਹਾ ਹਾਸਾ ਜਿਹਾ ਹੱਸਦੇ ਪੈ, ਨੀਵਾਂ ਮੂੰਹ ਕਰਕੇ ਵੀ ਅੱਜ ਟੱਕਰਿਆ ਹੀ ਕੁੱਤੇ ਨੂੰ ਕੁੱਤਾ, ਅਤੇ ਹੁਣ ਇਹਦੀ ਵਾਹਵਾ ਬੇਇੱਜ਼ਤੀ ਹੋਈ ਹੈ। ਉਹ ਜਿਹੜੇ ਬੈਠੇ ਸਨ ਕੋਲ ਇਹਦੇ ਸਲਾਹ ਦੇਣ ਵਾਲੇ, ਜਾਂ ਜਿਹੜੇ ਹੋਰ ਜਿਹੜੇ ਵਜ਼ੀਰ ਬੈਠੇ ਸਨ, ਬਾਦਸ਼ਾਹ ਨੇ ਵੇਖਿਆ ਵੀ ਇਹ ਮੇਰੀ ਕਰਤੂਤ 'ਤੇ ਹੱਸਦੇ ਪਏ ਨੇ, ਮੈਨੂੰ ਮਜ਼ਾਕ ਕਰਦੇ, ਇਹ ਤਾਂ ਸਾਰੇ ਸ਼ਹਿਰ ਵਿੱਚ ਜਾ ਕੇ ਰੌਲਾ ਪਾ ਦੇਣਗੇ ਵੀ ਕੁੱਤੇ ਨੇ ਮੈਨੂੰ ਕੁੱਤਾ ਆਖਿਆ। ਉਸ ਵੇਲੇ ਗੱਲ ਨੂੰ ਵਿਚਾਰ ਕੇ ਰੁਖਸਤ ਕਰੇ ਗਏ ਸਮੁਦਾਇ, ਬਾਦਸ਼ਾਹ ਕਹਿਣ ਲੱਗਾ ਵੀ ਅੱਜ ਦੀ ਕਚਹਿਰੀ ਸਮਾਪਤ ਹੋਈ ਹੈ, ਸਾਰੇ ਚਲੇ ਜਾਓ, ਕੋਈ ਨਾ ਇੱਥੇ ਰਹੇ। ਅਤੇ ਭਾਈ ਦਇਆ ਸਿੰਘ ਨੇ ਆਖਿਆ ਵੀ ਅਸੀਂ ਵੀ ਜਾਈਏ ਕੁੱਤਾ ਲੈ ਕੇ। ਕਹਿਣ ਲੱਗਾ ਵੀ ਤੁਸੀਂ ਬੈਠੇ ਰਹੋ, ਤੁਸੀਂ ਨਾ ਜਾਓ। ਆ ਜਿਹੜੇ ਵੱਸਦੇ ਪਏ ਉਹਨੂੰ ਇਹ ਸੀ ਵੀ ਮੇਰੇ ਹੁਣ ਰਾਜ ਖੁੱਲ੍ਹਣਗੇ ਸਾਰਿਆਂ ਦੇ ਸਾਹਮਣੇ, ਮੈਂ ਬੜੇ ਪਖੰਡ ਕਰ ਕਰਕੇ ਵਿਖਾਏ, ਇਹ ਜਾ ਕੇ ਸ਼ਹਿਰ ਵਿੱਚ ਰੌਲਾ ਪਾਉਣਗੇ। ਉਹਨੇ ਸਾਰੇ ਵਜ਼ੀਰਾਂ ਨੂੰ, ਸਲਾਹਕਾਰਾਂ ਨੂੰ ਆਖਿਆ ਵੀ ਸਾਰੇ ਚਲੇ ਜਾਓ, ਸਭਾ ਬਰਖਾਸਤ ਹੋਈ ਹੈ। ਭਾਈ ਦਇਆ ਸਿੰਘ ਅਤੇ ਧਰਮ ਸਿੰਘ ਸਭਾ ਦੇ ਵਿੱਚ, ਅਤੇ ਉਹ ਕੁੱਤਾ ਜਿਹੜਾ ਲਿਆਂਦਾ ਸੀ ਸ਼ਿਕਾਰੀ, ਇਹ ਖਲੋਤੇ ਹੋਏ, ਬਾਕੀ ਸਾਰੇ ਉਸ ਵੇਲੇ ਸਭਾ ਵਿੱਚੋਂ ਪਾਤਸ਼ਾਹ ਨੇ ਬਾਹਰ ਕੱਢੇ ਹਨ। ਦੋਨੋਂ ਸਿੰਘ ਤਾਂ ਥਿਰ ਰਹੇ, ਇਹ ਮਹਾਰਾਜ ਦੇ ਦੋਨੇ ਸਿੰਘ ਜਿਹੜੇ ਸਨ ਇਹ ਉੱਥੇ ਹੀ ਰਹੇ ਸਭਾ ਦੇ ਵਿੱਚ, ਇਹ ਨਹੀਂ ਬਾਹਰ ਆਏ। ਗੁਰਮੁਖੋ, ਇਹਦੇ ਵਜ਼ੀਰਾਂ ਨੇ ਇੱਕ ਝੂਠੀ ਕਹਾਣੀ ਇਹ ਫੈਲਾ ਦਿੱਤੀ ਸੀ ਵੀ ਔਰੰਗਜ਼ੇਬ ਬੜਾ ਜਪੀ ਤਪੀ ਹੈ, ਇਹ ਆਪਣੇ ਸਰੀਰ ਵਿੱਚੋਂ ਆਤਮਾ ਬਾਹਰ ਕੱਢਦਾ ਅਤੇ ਮੱਕੇ ਦੇ ਦਰਸ਼ਨ ਕਰਦਾ ਹੈ। ਤੁਸੀਂ ਵੀ ਕਈਆਂ ਕੋਲੋਂ ਇਹ ਗੱਲ ਸੁਣੀ ਹੋਵੇਗੀ ਵੀ ਉਹ ਲੋਕ ਇਹ ਗੱਲ ਕਹਿੰਦੇ ਨੇ ਵੀ ਇਹ ਮੱਕੇ ਜਾਂਦਾ ਸੀ ਰੋਜ਼ ਦਰਸ਼ਨ ਕਰਨ, ਅਤੇ ਮਹਾਰਾਜ ਨੇ ਉੱਥੇ ਜਾ ਕੇ ਇਹਦੀ ਆਤਮਾ ਨੂੰ ਫੜਿਆ ਸੀਗਾ। ਇਹ ਗੱਲ ਅਸਲ ਵਿੱਚ ਹੈ ਕੋਈ ਨਹੀਂ ਹੈ, ਇਹਦੇ ਵਜ਼ੀਰਾਂ ਨੇ ਇਹ ਝੂਠ ਫੈਲਾਇਆ ਸੀਗਾ, ਕਿਉਂਕਿ ਲੋਕ ਇਹਦੇ ਉੱਪਰ ਭਰੋਸਾ ਤਾਂ ਨਹੀਂ, ਲੋਕ ਸਮਝਦੇ ਸਨ ਵੀ ਇਹ ਦਗੇਬਾਜ਼ ਹੈ, ਇਹ ਧੋਖਾ ਦੇਣ ਵਾਲਾ ਕੁਕਰਮੀ ਹੈ, ਲੋਕ ਨਫ਼ਰਤ ਕਰਦੇ ਸਨ। ਅਤੇ ਵਜ਼ੀਰਾਂ ਮੰਤਰੀਆਂ ਨੇ ਸੋਚਿਆ ਵੀ ਲੋਕਾਂ ਦੇ ਮਨ ਵਿੱਚ ਸਤਿਕਾਰ ਬਣਾਈਏ ਵੀ ਇਹਦੀ ਤਾਂ ਬੰਦਗੀ ਬੜੀ ਹੈ ਅਤੇ ਰੋਜ਼ ਮੱਕੇ ਕਾਬੇ ਦੇ ਦਰਸ਼ਨ ਕਰਕੇ ਆਉਂਦਾ, ਲੋਕ ਇਸ ਗੱਲ ਨੂੰ ਜਾਣ ਕੇ, ਧਾਰਮਿਕ ਜਾਣ ਕੇ ਇਹਦਾ ਸਤਿਕਾਰ ਕਰਿਆ ਕਰਨਗੇ। ਦਸਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜਫਰਨਾਮਾ ਭੇਜਿਆ, ਉਹਦੇ ਵਿੱਚ ਮਹਾਰਾਜ ਨੇ ਬਚਨ ਲਿਖਿਆ ਸੀ ਵੀ ਤੈਨੂੰ ਰੱਬ 'ਤੇ ਭਰੋਸਾ ਹੈ ਹੀ ਨਹੀਂ ਹੈ, ਅਤੇ ਤੂੰ ਬਹੁਤ ਵੱਡਾ ਦਗੇਬਾਜ਼ ਹੈ, ਜਿਹਨੂੰ ਰੱਬ 'ਤੇ ਭਰੋਸਾ ਨਹੀਂ ਉਹ ਰੱਬ ਦੀ ਕਰਾਮਾਤ ਵੀ ਕਿਵੇਂ ਲੈ ਸਕਦਾ। ਸੋ ਇਹ ਗੱਲ ਸਰਾਸਰ ਝੂਠ ਸੀਗੀ, ਸਮੇਂ ਦੇ ਮੁਤਾਬਕ ਵਜ਼ੀਰਾਂ ਨੇ ਇਹਦੇ ਮੁਲਾਣਿਆਂ ਨੇ ਉਸਦਾ ਪ੍ਰਚਾਰ ਕਰਕੇ ਸੱਚਾ ਬਣਾ ਦਿੱਤਾ। ਸੋ ਇਸ ਤਰ੍ਹਾਂ ਕਹਿਣ ਲੱਗੇ ਵੀ ਇਹ ਦੋਨੇ ਸਿੱਖ ਕਚਹਿਰੀ ਵਿੱਚ ਬੈਠੇ ਹਨ। ਅਵਲੋਕਤ ਚਵਗਤਾ ਕਹੇ, ਉਸ ਵੇਲੇ ਇਹ ਜਿਹੜਾ ਔਰੰਗਜ਼ੇਬ ਹੈ ਨਾ, ਇਹਨੇ ਅਜੇ ਸਵਾਲ ਕਰਨੇ ਹੋਰ, ਮਨ ਵਿੱਚ ਇਹ ਸੀ ਵੀ ਬਾਕੀ ਲੋਕ ਚਲੇ ਜਾਣ ਬਾਹਰ, ਕਿਤੇ ਗੱਲ ਕੋਈ ਮੇਰੀ ਗਾਂਹ ਨਾ ਨਿਕਲ ਜਾਵੇ। ਜਦੋਂ ਵੇਖਿਆ ਸਾਰੇ ਚਲੇ ਗਏ, ਦੋਨੇ ਸਿੰਘ ਹੀ ਰਹਿ ਗਏ ਨੇ, ਫਿਰ ਔਰੰਗਜ਼ੇਬ ਬੋਲਿਆ ਹੈ, ਭਇਓ ਖਾਲਸਾ ਅਬ ਜਗ ਮਾਹੀ, ਕਹਿਣ ਲੱਗਾ ਵੀ ਸਿੰਘੋ ਇਹ ਦੱਸੋ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪ੍ਰਗਟ ਕੀਤਾ ਅਨੰਦਪੁਰ ਸਾਹਿਬ, ਉਹ ਮੈਨੂੰ ਪਤਾ ਲੱਗਾ ਵੀ ਇਸ ਵੇਲੇ ਪੂਰੀ ਦੁਨੀਆ 'ਤੇ ਫੈਲ ਗਿਆ ਹੈ, ਵੀ ਬੜੀ ਗਿਣਤੀ ਵਧੀ ਹੈ, ਕੀ ਇਹ ਗੱਲ ਠੀਕ ਹੈ?
ਭਾਈ ਦਇਆ ਸਿੰਘ ਕਹਿੰਦੇ ਵੀ ਹਾਂ ਬਿਲਕੁਲ ਠੀਕ ਹੈ, ਮਹਾਰਾਜ ਦਾ ਸਾਜਿਆ ਪੰਥ ਹੈ ਇਸ ਵੇਲੇ ਬੜੀ ਚੜ੍ਹਦੀ ਕਲਾ ਵਿੱਚ ਹੈ, ਪਰ ਮੇਰੀ ਵਿੱਚ ਹੈ ਪਾਤਸ਼ਾਹੀ। ਪਰ ਇਹ ਕਹਿੰਦਾ ਵੀ ਮੇਰੀ ਪਾਤਸ਼ਾਹੀ ਵਿੱਚ ਹੋਇਆ ਨਾ, ਜੇ ਮਹਾਰਾਜ ਨੇ ਖਾਲਸਾ ਪ੍ਰਗਟ ਕੀਤਾ ਤਾਂ ਰਾਜ ਕਿਹਦਾ ਸੀ, ਮੇਰਾ ਹੀ ਰਾਜ ਸੀ ਨਾ, ਮੇਰੀ ਬਾਦਸ਼ਾਹੀ ਦੇ ਵਿੱਚ ਇਹ ਖਾਲਸਾ ਪ੍ਰਗਟ ਹੋਇਆ। ਉਹਦਾ ਵੀ ਮਾਣ ਆਪਣੇ ਆਪ ਨੂੰ ਦਬਾਉਣਾ ਚਾਹੁੰਦਾ ਵੀ ਮੇਰੇ ਰਾਜ ਵਿੱਚ ਹੋਇਆ, ਇਹਦਾ ਮਾਣ ਵੀ ਮੈਨੂੰ ਮਿਲੇ। ਸੋ ਉਸ ਵੇਲੇ ਬਚਨ ਆਖਿਆ ਹੈ, ਅਧਿਕ ਕਾਹਲੀ ਗੁਰ ਨੇ ਕਰੀ। ਹੁਣ ਗੁਰੂ ਦਾ ਨੁਕਸ ਵੀ ਕੱਢਿਆ, ਕਹਿਣ ਲੱਗਾ ਵੀ ਤੁਹਾਡੇ ਗੁਰੂ ਨੇ ਨਾ ਬਹੁਤੀ ਛੇਤੀ ਕੀਤੀ ਹੈ। ਭਾਈ ਦਇਆ ਸਿੰਘ ਕਹਿੰਦੇ ਵੀ ਕਾਹਦੀ? ਔਰੰਗਜ਼ੇਬ ਕਹਿੰਦਾ ਵੀ ਖਾਲਸਾ ਪੰਥ ਸਾਜਣ ਦੀ ਬਹੁਤੀ ਛੇਤੀ ਕਰਤੀ ਤੁਹਾਡੇ ਗੁਰੂ ਨੇ, ਰੁਕ ਜਾਂਦੇ ਅਜੇ ਥੋੜ੍ਹੇ ਸਾਲ ਹੋਰ, ਕਿਉਂ ਹੁਣੇ ਪ੍ਰਗਟ ਕਰਨਾ ਸੀ ਖਾਲਸਾ, ਉਹਨਾਂ ਨੇ ਬਹੁਤੀ ਕਾਹਲੀ ਕੀਤੀ ਹੈ। ਮੈਂ ਕੁਛ ਪੂਰੀ ਭਰੀ, ਅਜੇ ਮੇਰਾ ਰਾਜ ਨਹੀਂ ਪੂਰਾ ਹੋਇਆ, ਮੇਰੀ ਅਜੇ ਖੁਆਇਸ਼ਾਂ ਨਹੀਂ ਪੂਰੀਆਂ ਹੋਈਆਂ, ਮੈਂ ਤਾਂ ਅਜੇ ਚਾਹੁੰਦਾ ਸੀ ਹੋਰ ਰਾਜ ਕਰਨਾ, ਅਜੇ ਹੋਰ ਬੜਾ ਕੁਝ ਕਰਨਾ ਸੀ, ਮੇਰੇ ਮਨ ਦੀ ਤਮੰਨਾ ਅਜੇ ਪੂਰੀ ਨਹੀਂ ਹੋਈ ਹੈ, ਤੁਹਾਡੇ ਗੁਰੂ ਨੇ ਖਾਲਸਾ ਸਮੇਂ ਤੋਂ ਪਹਿਲਾਂ ਪ੍ਰਗਟ ਕਰ ਦਿੱਤਾ ਹੈ। ਮਮ ਪਾਤਸ਼ਾਹਤ ਜਬ ਹਟ ਜਾਤੀ। ਹਾਂ, ਜਦੋਂ ਮੇਰੀ ਬਾਦਸ਼ਾਹੀ ਖਤਮ ਹੋ ਜਾਂਦੀ, ਚਲੋ ਮਰ ਕੇ ਤਾਂ ਸਾਰਿਆਂ ਨੇ ਦੁਨੀਆ ਤੋਂ ਜਾਣਾ, ਜਦੋਂ ਮੈਂ ਮਰ ਜਾਂਦਾ ਮੇਰੀ ਬਾਦਸ਼ਾਹੀ ਖਤਮ ਹੋ ਜਾਂਦੀ, ਉਦੋਂ ਮਹਾਰਾਜ ਖਾਲਸਾ ਪ੍ਰਗਟ ਕਰ ਲੈਂਦੇ, ਅਜੇ ਰੁਕ ਜਾਂਦੇ ਕੋਈ 10-20 ਸਾਲ ਹੋਰ, 30 ਸਾਲ ਰੁਕ ਜਾਂਦੇ, ਜਦੋਂ ਮੈਂ ਮਰ ਖਪ ਜਾਂਦਾ ਦੁਨੀਆ ਤੋਂ ਤੁਰ ਜਾਂਦਾ, ਫਿਰ ਮਹਾਰਾਜ ਖਾਲਸਾ ਪੰਥ ਉਸ ਵੇਲੇ ਪ੍ਰਗਟ ਕਰਦੇ, ਮੈਨੂੰ ਰਾਜ ਮਹਾਰਾਜ ਨੂੰ ਚਾਹੀਦਾ ਸੀ ਪੂਰਾ ਕਰ ਲੈਣ ਦਿੰਦੇ, ਇਹ ਕਿਉਂ ਰੁਕਾਵਟ ਪਾਈ ਹੈ? ਇਹ ਖਾਲਸਾ ਹੋਤ ਸੁਖਤੀ। ਅਤੇ ਫਿਰ ਮਹਾਰਾਜ ਦਾ ਇਹ ਖਾਲਸਾ ਪ੍ਰਗਟ ਹੁੰਦਾ ਸੁੱਖ ਦੇ ਨਾਲ, ਮੈਂ ਨਾ ਹੁੰਦਾ ਤਾਂ ਤੁਹਾਨੂੰ ਇੰਨੇ ਦੁੱਖ ਨਹੀਂ ਸੀ ਮਿਲਣੇ, ਤੁਸੀਂ ਮੇਰੇ ਰਾਜ ਵਿੱਚ ਪ੍ਰਗਟ ਕੀਤਾ, ਮੈਂ ਤੁਹਾਨੂੰ ਦੁੱਖ ਵੀ ਤਾਂ ਹੀ ਦਿੱਤੇ, ਅਤੇ ਜੇ ਮੇਰਾ ਰਾਜ ਪੂਰਾ ਹੋ ਜਾਂਦਾ ਫਿਰ ਤੁਸੀਂ ਆਪਣਾ ਖਾਲਸਾ ਪ੍ਰਗਟ ਕਰ ਲੈਂਦੇ, ਅਤੇ ਫਿਰ ਇੰਨੇ ਦੁੱਖ ਨਹੀਂ ਸਨ ਆਉਣੇ ਉਸ ਵੇਲੇ। ਉੱਤਰ ਦਇਆ ਸਿੰਘ ਤਬ ਦੀਨ। ਉਸ ਵੇਲੇ ਭਾਈ ਦਇਆ ਸਿੰਘ ਨੇ ਉੱਤਰ ਦਿੱਤਾ, ਕਹਿਣ ਲੱਗੇ ਔਰੰਗਜ਼ੇਬ ਤੇਰੀ ਗੱਲ ਬਿਲਕੁਲ ਠੀਕ ਹੈ, ਵੀ ਸਾਡੇ ਗੁਰੂ ਨੂੰ ਕਾਹਲੀ ਨਹੀਂ ਸੀ ਕਰਨੀ ਚਾਹੀਦੀ ਪੰਥ ਸਾਜਣ ਵਾਸਤੇ, ਪਰ ਇਹਦੇ ਵਿੱਚ ਗੁਰੂ ਦਾ ਕੋਈ ਗਲਤੀ ਨਹੀਂ ਹੈ, ਗਲਤੀ ਇਹਦੇ ਵਿੱਚ ਵੀ ਤੇਰੀ ਹੈ। ਬਾਦਸ਼ਾਹ ਹੈਰਾਨ ਹੋਇਆ ਵੀ ਇਹਦੇ ਵਿੱਚ ਮੇਰੀ ਕੀ ਗਲਤੀ ਹੈ, ਪ੍ਰਗਟ ਤੁਹਾਡੇ ਗੁਰੂ ਨੇ ਕੀਤਾ ਖਾਲਸੇ ਨੂੰ, ਮੇਰਾ ਕੀ ਕਸੂਰ ਹੈ? ਅਤੇ ਭਾਈ ਦਇਆ ਸਿੰਘ ਫਿਰ ਦੱਸਦੇ ਹਨ ਵੀ ਅਧਿਕ ਕਾਹਲੀ ਕੀਨ। ਕਹਿਣ ਲੱਗੇ ਬਾਦਸ਼ਾਹ ਤੂੰ ਵੀ ਕੋਈ ਥੋੜ੍ਹੀ ਕਾਹਲੀ ਨਹੀਂ ਕੀਤੀ ਹੈ, ਥੋੜ੍ਹੀ ਨਹੀਂ ਤੂੰ ਬਹੁਤੀ ਕਾਹਲੀ ਕੀਤੀ ਹੈ, ਗੁਰੂ ਨੇ ਕਾਹਲੀ ਕੀਤੀ ਹੈ, ਗੁਰੂ ਦੀ ਕਾਹਲੀ ਕਰਨ ਦਾ ਵਿਚਾਰ ਇਹ ਹੈ ਵੀ ਤੂੰ ਜ਼ਿਆਦਾ ਕਾਹਲੀ ਕੀਤੀ ਹੈ, ਜੇ ਤੂੰ ਨਾ ਕਰਦਾ ਤਾਂ ਫਿਰ ਗੁਰੂ ਵੀ ਜੀ ਨਾ ਕਰਦੇ, ਤੂੰ ਕਾਹਲੀ ਕੀਤੀ ਹੈ ਤਾਂ ਗੁਰੂ ਨੇ ਤਾਂ ਕੀਤੀ। ਕਹਿਣ ਲੱਗਾ ਫਿਰ ਮੈਂ ਕਾਹਦੀ ਕਾਹਲੀ ਕੀਤੀ ਹੈ, ਮੈਂ ਛੇਤੀ ਕਾਹਦੀ ਕੀਤੀ ਹੈ? ਅਤੇ ਦੱਸਦੇ ਪਏ ਹਨ ਇੱਕ ਮਜ਼ਹਬ ਹੀ ਲਾਗੇ ਕਰਨੇ। ਭਾਈ ਦਇਆ ਸਿੰਘ ਕਹਿੰਦੇ ਤੂੰ ਇੱਕ ਧਰਮ ਨਹੀਂ ਸੀ ਬਣਾਉਣ ਲੱਗ ਪਿਆ ਵੀ ਮੈਂ ਹਿੰਦੂ ਰਹਿਣ ਹੀ ਨਹੀਂ ਦੇਣਾ, ਸਾਰੇ ਹਿੰਦੂ ਵੱਢ ਦਿਓ ਤਲਵਾਰ ਦੇ ਨਾਲ, ਸਵਾ ਮਨ ਜਨੇਊ ਲਾਉਂਦਾ ਗਲਾਂ ਦੇ ਵਿੱਚੋਂ, ਅਤੇ ਤੂੰ ਇੰਨੇ ਹਿੰਦੂਆਂ ਦਾ ਕਤਲ ਕੀਤਾ, ਇੰਨੇ ਮੰਦਰ ਢਾ ਦਿੱਤੇ, ਇੰਨੀਆਂ ਮੂਰਤੀਆਂ ਤੋੜ ਦਿੱਤੀਆਂ, ਅਤੇ ਤੂੰ ਵੀ ਤਾਂ ਕਾਹਲੀ ਕੀਤੀ ਨਾ, ਜੇ ਤੈਨੂੰ ਇਹ ਲੱਗਦਾ ਸੀ ਵੀ ਤੇਰਾ ਰਾਜ ਪੂਰਾ ਹੋਣਾ ਚਾਹੀਦਾ ਤੂੰ ਵੀ ਸ਼ਾਂਤ ਹੋ ਕੇ ਬੈਠਾ ਰਹਿੰਦਾ, ਅਤੇ ਸਾਡੇ ਗੁਰੂ ਪਾਤਸ਼ਾਹ ਵੀ ਸ਼ਾਂਤ ਹੋ ਕੇ ਬੈਠੇ ਰਹਿੰਦੇ, ਕਾਹਲੀ ਤੂੰ ਕੀਤੀ ਹੈ, ਮੰਦਰ ਤੋੜੇ, ਮੂਰਤੀਆਂ ਤੋੜੀਆਂ, ਹਿੰਦੂ ਕਤਲ ਕੀਤੇ, ਬਹੁ ਬੇਟੀਆਂ ਨੂੰ ਕਤਲ ਕੀਤਾ, ਕਾਹਲੀ ਤਾਂ ਫਿਰ ਤੂੰ ਕੀਤੀ ਹੈ ਨਾ ਪਾਪ ਕਰਕੇ, ਹੁਣ ਜੇ ਤੂੰ ਪਾਪ ਕਰੇਗਾ ਤਾਂ ਉਹਦਾ ਬਦਲਾ ਤਾਂ ਫਿਰ ਮਹਾਰਾਜ ਪੰਥ ਨੂੰ ਸਾਜਣਗੇ ਨਾ, ਇਹ ਕਾਹਲੀ ਤੂੰ ਕੀਤੀ ਹੈ। ਹਿੰਦੂ ਧਰਮ ਧਰਾ ਤੇ ਹਰਨੇ। ਤੂੰ ਚਾਹੁੰਦਾ ਸੀ ਵੀ ਹਿੰਦੂ ਧਰਮ ਦੁਨੀਆਂ ਤੋਂ ਖਤਮ ਕਰਾਂ, ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖਿਆ ਸੀ ਔਰੰਗਜ਼ੇਬ ਹਿੰਦੂ ਧਰਮ ਤੇਰੇ ਕੋਲੋਂ ਖਤਮ ਨਹੀਂ ਹੋਵੇਗਾ, ਜੇ ਇਹ ਖੁਦਾ ਦੀ ਮਰਜ਼ੀ ਹੈ ਵੀ ਹਿੰਦੂ ਧਰਮ ਖਤਮ ਕਰਨਾ ਹੈ ਤਾਂ ਬੜਾ ਹੀ ਸੌਖਾ ਕੰਮ ਹੈ ਖੁਦਾ ਵਾਸਤੇ, ਹਿੰਦੂਆਂ ਦੇ ਘਰ ਵਿੱਚ ਬੱਚਾ ਹੀ ਨਾ ਪੈਦਾ ਕਰੇ, ਜਦੋਂ ਬੱਚੇ ਪੈਦਾ ਹੀ ਨਹੀਂ ਹੋਣਗੇ ਤਾਂ ਧਰਮ ਆਪੇ ਖਤਮ ਹੋ ਜਾਣ,
ਜੇ ਖੁਦਾ ਬੱਚੇ ਪੈਦਾ ਕਰਦਾ ਪਿਆ ਹਿੰਦੂ ਦੇ ਘਰ ਵਿੱਚ ਮੁਸਲਮਾਨ ਦੇ ਘਰ ਵਿੱਚ, ਇਹਦਾ ਭਾਵ ਇਹ ਆ ਵੀ ਖੁਦਾ ਜਾਂ ਭਗਵਾਨ ਰੱਬ ਅੱਗੇ ਧਰਮ ਨੂੰ ਚਲਾਉਣਾ ਚਾਹੁੰਦਾ ਹੈ, ਅਤੇ ਫਿਰ ਤੂੰ ਕੌਣ ਹੁੰਦਾ ਮਿਟਾਉਣ ਵਾਲਾ? ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖਿਆ ਸੀ। ਤਿੰਨ ਮਿਰਚਾਂ ਵੀ ਵਿਖਾਈਆਂ ਸਨ ਵੀ ਆਹ ਵੇਖ ਲਾ ਤਿੰਨ ਪੰਥ ਬੰਨਗੇ। ਅਤੇ ਜਦੋਂ ਭੀਖਣ ਸ਼ਾਹ ਫਕੀਰ ਗਿਆ ਸੀ ਨਾ ਗੁਰੂ ਗੋਬਿੰਦ ਸਿੰਘ ਦਾ ਦਿਦਾਰਾ ਕਰਨ ਵਾਸਤੇ ਪਟਨਾ ਸਾਹਿਬ ਦੀ ਧਰਤੀ 'ਤੇ, ਅਤੇ ਤੁਸੀਂ ਇਤਿਹਾਸ ਵਿੱਚ ਬਚਨ ਸਰਵਣ ਕੀਤਾ ਵੀ ਉਹ ਦੁੱਧ ਦੀ ਇੱਕ ਗੜਵੀ ਅਤੇ ਇੱਕ ਪਾਣੀ ਦੀ ਲੈ ਕੇ ਮਹਾਰਾਜ ਦੇ ਉਹਨੇ ਸਾਹਮਣੇ ਕੀਤੀ ਸੀ, ਚਾਹੁੰਦਾ ਸੀ ਵੀ ਮਹਾਰਾਜ ਕਿਹੜੇ ਧਰਮ ਦਾ ਪੱਖ ਕਰਨਗੇ। ਅਤੇ ਮਹਾਰਾਜ ਨੇ ਦੋਨਾਂ ਕੁਜੀਆਂ ਦੇ ਉੱਪਰ ਹੀ ਹੱਥ ਰੱਖ ਦਿੱਤਾ ਸੀ, ਅਸੀਂ ਦੋਨਾਂ ਦਾ ਹੀ ਪੱਖ ਕਰਾਂਗੇ, ਦੋਨਾਂ ਨੂੰ ਹੀ ਪਾਲਾਂਗੇ। ਅਤੇ ਨਾਲ ਹੀ ਮਹਾਰਾਜ ਨੇ ਆਪਣੇ ਚਰਨਾਂ ਦਾ ਠੇਡਾ ਮਾਰ ਕੇ ਦੋਨੇ ਕੁਜੀਆਂ ਜਿਹੜੀਆਂ ਸਨ ਭੀਖਣ ਸ਼ਾਹ ਦੇ ਹੱਥ ਵਿੱਚੋਂ ਥੱਲੇ ਸੁੱਟਵਾ ਦਿੱਤੀਆਂ। ਕੁਜੀਆਂ ਮਿੱਟੀ ਦੀਆਂ ਟੁੱਟ ਗਈਆਂ, ਦੁੱਧ ਵਾਲੀ ਵਿੱਚੋਂ ਦੁੱਧ ਡੁੱਲਿਆ, ਪਾਣੀ ਵਾਲੀ ਵਿੱਚੋਂ ਪਾਣੀ ਡੁੱਲਿਆ, ਪਾਣੀ ਅਤੇ ਦੁੱਧ ਦੋਨੇ ਇਕੱਠੇ ਹੋ ਗਏ। ਮਹਾਰਾਜ ਨੇ ਵਿਖਾ ਦਿੱਤਾ ਕਿ ਅਸੀਂ ਹਿੰਦੂ ਧਰਮ ਦੀ ਵੀ ਰਾਖੀ ਕਰਾਂਗੇ, ਮੁਸਲਮਾਨ ਧਰਮ ਦੀ ਵੀ ਰਾਖੀ ਕਰਾਂਗੇ, ਦੋਨਾਂ ਦਾ ਸਤਿਕਾਰ ਕਰਾਂਗੇ, ਪਰ ਇਹਨਾਂ ਦੋਨਾਂ ਨੂੰ ਮਿਲਾ ਕੇ ਅਸੀਂ ਇੱਕ ਖਾਲਸਾ ਪੰਥ ਵੀ ਪ੍ਰਗਟ ਕਰਾਂਗੇ। ਸਤਿ ਸ਼੍ਰੀ ਅਕਾਲ। ਜਿਹੜਾ ਦੋਵਾਂ ਨੂੰ ਸ਼ਾਂਤੀ ਦੇਵੇਗਾ, ਜਿਹੜਾ ਦੋਵਾਂ ਨੂੰ ਠੰਡ ਦੇਵੇਗਾ, ਇਹ ਪੰਥ ਅਸੀਂ ਪ੍ਰਗਟ ਕਰਾਂਗੇ। ਛੋਟੇ ਹੁੰਦਿਆਂ ਹੀ ਆਪ ਜੀ ਨੇ ਵਿਖਾਇਆ। ਭਾਈ ਦਇਆ ਸਿੰਘ ਕਹਿੰਦੇ ਔਰੰਗਜ਼ੇਬ ਤੂੰ ਹੀ ਕਾਹਲੀ ਕੀਤੀ ਹੈ, ਹਿੰਦੂ ਖਤਮ ਹੀ ਕਰ ਦੇਣੇ, ਪਰ ਮਹਾਰਾਜ ਨੇ ਤੈਨੂੰ ਨੌਵੇਂ ਪਾਤਸ਼ਾਹ ਨੇ ਵੀ ਆਖਿਆ ਵੀ ਨਹੀਂ ਖਤਮ ਨਹੀਂ ਹੋਣੇ, ਅਤੇ ਦਸਵੇਂ ਪਾਤਸ਼ਾਹ ਨੇ ਭੀਖਣ ਸ਼ਾਹ ਨੂੰ ਆਖਿਆ ਸੀ ਵੀ ਖਤਮ ਨਹੀਂ ਹੋਣੇ, ਅਤੇ ਕਾਹਲੀ ਤੂੰ ਕੀਤੀ ਹੈ, ਤੂੰ ਚਾਹੁੰਦਾ ਸੀ ਵੀ ਧਰਤੀ 'ਤੇ ਹਿੰਦੂ ਨਹੀਂ ਰਹਿਣੇ ਚਾਹੀਦੇ ਹਨ। ਸਤਿਗੁਰ ਤਪ ਕਰਦੀ ਨੇ ਤੀਨ। ਅਤੇ ਜੇ ਤੂੰ ਦੋਵਾਂ ਤੋਂ ਇੱਕ ਕਰਨ 'ਤੇ ਜਿੱਦ 'ਤੇ ਅੜ ਗਿਆ ਵੀ ਮੈਂ ਦੋ ਧਰਮ ਨੇ ਹਿੰਦੂ ਅਤੇ ਮੁਸਲਮਾਨ, ਹਿੰਦੂ ਰਹਿਣ ਨਹੀਂ ਦੇਣਾ, ਇਕੱਲੇ ਮੁਸਲਮਾਨ ਰਹਿਣਗੇ, ਇੱਧਰ ਫਿਰ ਗੁਰੂ ਨੇ ਵੀ ਆਪਣੀ ਕਲਾ ਵਰਤਾਈ ਹੈ, ਤੂੰ ਦੋਵਾਂ ਤੋਂ ਇੱਕ ਕਰਨਾ ਚਾਹੁੰਦਾ, ਗੁਰੂ ਪਾਤਸ਼ਾਹ ਨੇ ਦੋਵਾਂ ਤੋਂ ਤਿੰਨ ਕਰ ਦਿੱਤੇ, ਇਹ ਤੂੰ ਛੇਤੀ ਕੀਤੀ ਹੈ। ਜੇ ਤੈਨੂੰ ਇਹ ਲੱਗਦਾ ਸੀ ਵੀ ਤੂੰ ਰਾਜ ਭਾਗ ਪੂਰਾ ਕਰਨਾ ਟਿਕਿਆ ਰਹਿੰਦਾ, ਨਾ ਇਸ ਤਰ੍ਹਾਂ ਦੇ ਕੰਮ ਕਰਦਾ ਅਤੇ ਮਹਾਰਾਜ ਨਾ ਪੰਥ ਸਾਜਦੇ ਇੰਨੀ ਛੇਤੀ, ਅਤੇ ਨਾ ਤੇਰਾ ਅੰਤ ਹੁੰਦਾ, ਪਰ ਮੁੱਢ ਤੂੰ ਬੱਝਾ ਹੈ। ਅਤੇ ਫਿਰ ਮਹਾਰਾਜ ਨੇ ਵੀ ਉਸੇ ਤਰ੍ਹਾਂ ਹੀ ਕੀਤਾ ਹੈ। ਅਯੋ ਖਾਲਸਾ ਤੁਰਤ ਪ੍ਰਵੀਨ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਦੀਆਂ ਨੇ ਉਸ ਵੇਲੇ ਫਿਰ ਬੜਾ ਸਿਆਣਾ ਬਹਾਦਰ ਇਹ ਆਪਣਾ ਖਾਲਸਾ ਉਸ ਵੇਲੇ ਪ੍ਰਗਟ ਕੀਤਾ ਹੈ। ਤੇਰੇ ਮਾੜੇ ਕੰਮ ਵੇਖ ਕੇ ਇਹ ਜ਼ਰੂਰੀ ਸੀਗਾ ਪੰਥ ਨੂੰ ਪ੍ਰਗਟ ਕਰਨਾ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਅਕਾਲ ਪੁਰਖ ਦਾ ਹੁਕਮ ਇਹ ਹੈ। ਇਸੇ ਤਰ੍ਹਾਂ ਫਿਰ ਪ੍ਰਗਟ ਹੋਇਆ ਹੈ। ਬਹੁਰ ਨੁਰੰਗੇ ਬਾਰ ਬਾਕੂ ਚਾਰ। ਉਸ ਵੇਲੇ ਔਰੰਗਜ਼ੇਬ ਬੜਾ ਸ਼ਾਤਰ ਹੈ, ਬੜਾ ਚਲਾਕ ਹੈ, ਵੇਖਿਆ ਵੀ ਸਿੱਖ ਨੇ ਤਾਂ ਜਵਾਬ ਪੂਰਾ ਠੋਕ ਕੇ ਦਿੱਤਾ ਅੱਗੋਂ, ਫਿਰ ਸਵਾਲ ਕੀਤਾ, ਕਹਿਣ ਲੱਗੇ ਦਇਆ ਸਿੰਘ ਮੇਰਾ ਇੱਕ ਸਵਾਲ ਹੋਰ ਹੈ। ਅਤੇ ਭਾਈ ਦਇਆ ਸਿੰਘ ਕਹਿੰਦੇ ਵੀ ਹਾਂ ਪੁੱਛ ਔਰੰਗਜ਼ੇਬ, ਕੀ ਪੁੱਛਣਾ ਹੈ? ਕਰ ਹੈ ਕੰਮ ਕਿਆ ਗੁਰੂ ਤੁਮਾਰਾ। ਕਹਿਣ ਲੱਗਿਆ ਵੀ ਫਿਰ ਇਹ ਦੱਸੋ ਵੀ ਤੁਹਾਡਾ ਗੁਰੂ ਕੰਮ ਕੀ ਕਰਦਾ ਹੈ? ਖੇਤੀਬਾੜੀ ਕਰਦਾ, ਦੁਕਾਨਦਾਰੀ ਕਰਦਾ, ਕੋਈ ਵਪਾਰ ਕਰਦਾ, ਜਾਂ ਕਿਤੇ ਬੈਠਾ ਹੋਇਆ? ਤੁਹਾਡਾ ਗੁਰੂ ਕੰਮ ਕੀ ਕਰਦਾ ਹੈ, ਮੈਨੂੰ ਦੱਸੋ ਵੀ ਉਹਦਾ ਕੰਮਕਾਰ ਕੀ ਹੈ, ਇਹ ਮੇਰਾ ਸਵਾਲ ਹੈ। ਦਇਆ ਸਿੰਘ ਤਬ ਦੀ ਉਹ ਸੁਣਾਈ। ਉਸ ਵੇਲੇ ਭਾਈ ਦਇਆ ਸਿੰਘ ਨੇ ਆਖਿਆ ਵੀ ਇਹ ਤਾਂ ਸਵਾਲ ਹੀ ਬੜਾ ਸੌਖਾ, ਇਹਦਾ ਤਾਂ ਜਵਾਬ ਹੀ ਬੜਾ ਹੀ ਸੌਖਾ, ਮੈਂ ਤੈਨੂੰ ਦੇ ਦਿੰਦਾ। ਭਾਈ ਦਇਆ ਸਿੰਘ ਕਹਿੰਦੇ ਹਨ ਇਕੱਠੇ ਕਰੈਂ ਸ਼ਸਤਰ ਸਮੁਦਾਇ। ਮੇਰਾ ਗੁਰੂ ਬਸ ਇੱਕੋ ਕੰਮ ਹੀ ਕਰਦਾ ਪਿਆ। ਔਰੰਗਜ਼ੇਬ ਕਹਿੰਦਾ ਵੀ ਉਹ ਕਿਹੜਾ? ਅਤੇ ਭਾਈ ਦਇਆ ਸਿੰਘ ਕਹਿੰਦੇ ਉਹ ਕੰਮ ਇਹ ਆ ਵੀ ਮੇਰੇ ਗੁਰੂ ਨੇ ਆਖਿਆ ਵੀ ਵੱਧ ਤੋਂ ਵੱਧ ਸ਼ਸਤਰ ਲੈ ਕੇ ਆਓ, ਤਲਵਾਰਾਂ ਲੈ ਕੇ ਆਓ, ਤੀਰ ਲੈ ਕੇ ਆਓ, ਬਰਛੇ ਲੈ ਕੇ ਆਓ, ਭਾਲੇ ਨੇਜੇ ਲੈ ਕੇ ਆਓ, ਬੰਦੂਕਾਂ ਲੈ ਕੇ ਆਓ, ਘੋੜੇ ਲੈ ਕੇ ਆਓ, ਊਠ ਲੈ ਕੇ ਆਓ। ਇਸ ਵੇਲੇ ਮੇਰਾ ਗੁਰੂ ਤਾਂ ਬਸ ਸ਼ਸਤਰ ਹੀ ਇਕੱਠੇ ਕਰਦਾ ਪਿਆ।
ਔਰੰਗਜ਼ੇਬ ਦਾ ਸਵਾਲ ਇਹ ਆ ਵੀ ਗੁਰੂ ਕਰਦਾ ਕੀ ਪਿਆ? ਕਹਿੰਦੇ ਜੀ ਉਹ ਤਾਂ ਸ਼ਸਤਰ ਇਕੱਠੇ ਕਰਦੇ ਪਏ। ਕਾਹਦੇ ਵਾਸਤੇ? ਕਹਿੰਦੇ ਤੇਰੇ ਨਾਲ ਲੜਨ ਵਾਸਤੇ, ਤਿਆਰੀ ਹੁੰਦੀ ਪਈ ਹੈ ਜੰਗ ਦੀ, ਤੇਰਾ ਉਹ ਹਿਸਾਬ ਕਿਤਾਬ ਕਰਨਾ ਚਾਹੁੰਦੇ। ਬਾਦਸ਼ਾਹ ਨੂੰ ਆਖਿਆ ਹੈ ਨਾਲ ਹੀ ਫਿਰ ਭਜਨ ਆਖਿਆ, ਕਹਿਣ ਲੱਗੇ ਇੱਕ ਸਾਡੇ ਗੁਰੂ ਨੇ ਤੈਨੂੰ ਕਟਾਰ ਦਿੱਤੀ ਹੈ ਅਤੇ ਮਹਾਰਾਜ ਨੇ ਸਾਨੂੰ ਸੁਨੇਹਾ ਵੀ ਭੇਜਿਆ ਵੀ ਤੇਰੇ ਕੋਲੋਂ ਲੈ ਕੇ ਆਉਣੀ ਹੈ। ਗੁਰਮੁਖੋ, ਔਰੰਗਜ਼ੇਬ ਦੀ ਇੰਨੀ ਤਾਕਤ ਨਹੀਂ ਹੈ ਵੀ ਆਪਣਾ ਸਰੀਰ ਛੱਡ ਕੇ ਮੱਕੇ ਪਹੁੰਚ ਜਾਵੇ, ਇੰਨੀ ਤਾਕਤ ਦਾ ਮਾਲਕ ਨਹੀਂ ਹੈ। ਇਹ ਤਾਂ ਵਜ਼ੀਰਾਂ ਨੇ ਮੁਲਾਣਿਆਂ ਨੇ ਐਵੇਂ ਗੱਲ ਪਵਾ ਦਿੱਤੀ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੀ ਤਾਕਤ ਦੇ ਨਾਲ ਇਹਦੀ ਆਤਮਾ ਨੂੰ ਆਪਣੇ ਕੋਲ ਖਿੱਚ ਲਿਆ ਸੀ ਵੀ ਇੱਧਰ ਆ ਸਾਡੇ ਨਾਲ ਗੱਲ ਕਰ। ਉਸ ਵੇਲੇ ਇਸ ਤਰ੍ਹਾਂ ਲੱਗਿਆ ਔਰੰਗਜ਼ੇਬ ਨੂੰ ਜਿਵੇਂ ਮੈਂ ਸੁਪਨਾ ਕੋਈ ਵੇਖਦਾ ਪਿਆ ਹਾਂ, ਅਤੇ ਮਹਾਰਾਜ ਨੇ ਫਿਰ ਇਸ ਨੂੰ ਪਹਾੜੀ 'ਤੇ ਲਿਜਾ ਕੇ ਦਰਸ਼ਨ ਦੇ ਕੇ ਆਖਿਆ ਸੀ ਸਾਡੇ ਸਿੱਖ ਮਿਲਣਾ ਚਾਹੁੰਦੇ ਅਤੇ ਜਾ ਕੇ ਮਿਲ ਔਰੰਗਜ਼ੇਬ ਸਾਡੇ ਸਿੱਖਾਂ ਨੂੰ, ਆਹ ਕਟਾਰ ਇੱਕ ਨਿਸ਼ਾਨੀ ਹੈ ਆਪਣੇ ਕੋਲ ਰੱਖ, ਸਾਡੇ ਸਿੱਖ ਮੰਗਣਗੇ ਅਤੇ ਉਸ ਵੇਲੇ ਦੇ ਦੇਵੀਂ। ਭਾਈ ਦਇਆ ਸਿੰਘ ਨੇ ਉਹੀ ਬਚਨ ਆਖਿਆ, ਕਹਿਣ ਲੱਗੇ ਸਾਡੇ ਗੁਰੂ ਪਾਤਸ਼ਾਹ ਤਾਂ ਸ਼ਸਤਰ ਇਕੱਠੇ ਕਰਦੇ ਪਏ, ਇੱਕ ਸ਼ਸਤਰ ਉਹਨਾਂ ਦਾ ਤੇਰੇ ਕੋਲ ਵੀ ਹੈ, ਲਿਆ ਸਾਡਾ ਸਾਨੂੰ ਦੇ ਅਤੇ ਅਸੀਂ ਫਿਰ ਜਾਣਾ ਕਰੀਏ। ਅਬ ਚਾਹੀਏ ਹੈ ਹਮੈਂ ਦਿਵਾਇਓ, ਅਤੇ ਉਹ ਸਾਨੂੰ ਇਸ ਵੇਲੇ ਚਾਹੀਦਾ ਹੈ ਅਤੇ ਸਾਨੂੰ ਦੇ ਦੇ ਅਤੇ ਅਸੀਂ ਆਪਣੇ ਰਾਹ ਪੈਣਾ ਕਰੀਏ। ਨੁਰੰਗ ਦੂਰ ਮੈਂ ਗਏ। ਉਸ ਵੇਲੇ ਔਰੰਗਜ਼ੇਬ ਕਹਿੰਦਾ ਵੀ ਸ਼ਸਤਰ ਤਾਂ ਚਲੋ ਤੁਹਾਡਾ ਹੈ ਪਰ ਉਹ ਮੈਨੂੰ ਬੜਾ ਦੂਰੋਂ ਮਿਲਿਆ ਹੈ, ਹੁਣ ਜੇ ਦੂਰੋਂ ਮਿਲਿਆ ਤਾਂ ਤੇਰਾ ਥੋੜ੍ਹੀ ਹੋ ਗਿਆ, ਭਾਵੇਂ ਕਿਤੇ ਵੀ ਮਿਲਿਆ। ਕਹਿੰਦਾ ਮੈਂ ਬਹੁਤ ਦੂਰ ਚੱਲ ਕੇ ਗਿਆ ਹਾਂ, ਕਪੀਰਾ ਸਤਿਗੁਰ ਦੇ, ਉੱਥੇ ਮੈਨੂੰ ਮਹਾਰਾਜ ਨੇ ਉਹ ਕਟਾਰ ਦਿੱਤੀ ਸੀ। ਕਪੀਰਾ ਸ਼ਸਤਰ ਦਾ ਨਾਮ ਹੈ ਵੀ ਕਟਾਰ ਦਾ ਸ਼ਸਤਰ, ਮਹਾਰਾਜ ਨੇ ਇਹਦੀ ਆਤਮਾ ਨੂੰ ਖਿੱਚਿਆ ਸੀ ਉਸ ਵੇਲੇ ਆਪਣੇ ਕੋਲ। ਇਸ ਤਰ੍ਹਾਂ ਲੱਗਦਾ ਜਿਵੇਂ ਸੁਪਨਾ ਵੇਖਦਾ ਪਿਆ ਕਿਸੇ ਪਹਾੜੀ 'ਤੇ ਬੈਠਾ ਹੋਇਆ, ਸਤਿਗੁਰੂ ਪਾਤਸ਼ਾਹ ਨੇ ਉਸ ਵੇਲੇ ਸ਼ਸਤਰ ਇਸ ਨੂੰ ਦਿੱਤਾ। ਉਹ ਗੱਲ ਇਸ ਨੇ ਸਾਂਝੀ ਕੀਤੀ ਵੀ ਮਹਾਰਾਜ ਨੇ ਇਸ ਤਰ੍ਹਾਂ ਮੈਨੂੰ ਉਹ ਹਥਿਆਰ ਦਿੱਤਾ ਹੈ। ਕਹਿਓ ਬਹੁਤ ਹੀ ਰੱਖੋ ਸੰਭਾਲ। ਗੁਰੂ ਪਾਤਸ਼ਾਹ ਨੇ ਆਖਿਆ ਸੀਗਾ ਵੀ ਉਹ ਸ਼ਸਤਰ ਨੂੰ ਬਹੁਤ ਜ਼ਿਆਦਾ ਸੰਭਾਲ ਕੇ ਰੱਖਣਾ ਹੈ। ਤੁਹਾਡੇ ਗੁਰੂ ਨੇ ਮੈਨੂੰ ਇਹ ਗੱਲ ਕਹੀ ਹੈ ਵੀ ਉਹ ਸ਼ਸਤਰ ਬਹੁਤ ਜ਼ਿਆਦਾ ਸੰਭਾਲ ਕੇ ਰੱਖਣਾ ਹੈ। ਸੋ ਮੈਂ ਧਰਿਓ ਸੁਚੇਤੀ ਨਾਲ। ਹਾਂ, ਮੈਂ ਉਹ ਸ਼ਸਤਰ ਨੂੰ ਬੜੀ ਸਾਵਧਾਨਤਾ ਦੇ ਨਾਲ ਰੱਖਿਆ, ਬੜੀ ਸੁਚੇਤੀ, ਸਾਵਧਾਨ, ਸੁਚਮਤਾਈ ਦੇ ਨਾਲ ਮੈਂ ਬਿਲਕੁਲ ਪੂਰੀ ਮਰਿਆਦਾ ਦੇ ਮੁਤਾਬਕ ਸਤਿਕਾਰ ਕਰਦਿਆਂ ਹੋਇਆਂ ਤੁਹਾਡੇ ਗੁਰੂ ਪਾਤਸ਼ਾਹ ਦਾ ਸ਼ਸਤਰ ਰੱਖਿਆ ਹੈ। ਇਮ ਕਹਿ ਦਇਆ ਸਿੰਘ ਕੋ ਦਇਓ। ਦਇਆ ਸਿੰਘ ਕਹਿੰਦੇ ਠੀਕ ਹੈ, ਤੂੰ ਸਤਿਕਾਰ ਕੀਤਾ ਹੈ, ਲਿਆ ਸਾਡਾ ਫਿਰ ਸ਼ਸਤਰ ਦੇ। ਅਤੇ ਉਸ ਵੇਲੇ ਔਰੰਗਜ਼ੇਬ ਆਪਣੇ ਕੋਲ ਹੀ ਰੱਖ ਕੇ ਬੈਠਾ ਸੀ, ਉਹ ਸ਼ਸਤਰ ਫਿਰ ਉਸ ਵੇਲੇ ਭਾਈ ਦਇਆ ਸਿੰਘ ਨੂੰ ਦਿੱਤਾ ਹੈ। ਵੇਖੇ ਅਦਬ ਸਾਥ ਕਰ ਲਏ। ਅਤੇ ਉਸ ਵੇਲੇ ਬੜੇ ਸਤਿਕਾਰ ਦੇ ਨਾਲ ਇਹ ਸ਼ਸਤਰ ਉਸਨੇ ਦਿੱਤਾ ਹੈ। ਨੁਰੰਗੇ ਬਾਕ ਸੁਣਾ ਵਾ। ਉਸ ਵੇਲੇ ਔਰੰਗਜ਼ੇਬ ਨੇ ਫਿਰ ਆਖਿਆ, ਕਹਿੰਦਾ ਜੀ ਮੇਰਾ ਇੱਕ ਸਵਾਲ ਅਜੇ ਬਾਕੀ ਹੈ। ਅਤੇ ਭਾਈ ਦਇਆ ਸਿੰਘ ਕਹਿੰਦੇ ਕੋਈ ਨਹੀਂ, ਆਪਾਂ ਵੀ ਵਿਹਲੇ ਹੀ ਹਾਂ, ਆਉਣ ਦੇ ਫਿਰ ਸਵਾਲ 'ਤੇ ਆਪਾਂ ਤੈਨੂੰ ਜਵਾਬ ਦਿੰਦੇ ਹਾਂ। ਫਿਰ ਉਸ ਵੇਲੇ ਦਇਆ ਸਿੰਘ ਨੂੰ ਮੇਰੋ ਲੱਖ ਬਰਾਦਰੀ ਦਾਵਾ ਮਹਾਰਾਜ ਨੂੰ ਉਸ ਵੇਲੇ ਕਹਿੰਦਾ ਵੀ ਇਹ ਗੱਲ ਸੁਣੋ, ਮੇਰਾ ਦਾਵਾ ਹੈ। ਦਾਵਾ ਕਾਹਦਾ? ਵੀ ਮੇਰਾ ਇਸ ਵੇਲੇ ਰਾਜ ਹੈ, ਇਹ ਮੇਰਾ ਦਾਵਾ ਹੈ। ਵੀ ਸਤਿਗੁਰੂ ਪਾਤਸ਼ਾਹ ਤਾਂ ਇਹ ਗੱਲ ਕਹਿੰਦੇ ਵੀ ਖਾਲਸਾ ਅਕਾਲ ਪੁਰਖ ਦਾ ਪੁਜਾਰੀ ਹੈ, ਮੈਂ ਇਹ ਗੱਲ ਕਹਿੰਦਾ ਹਾਂ ਵੀ ਦੁਨੀਆ 'ਤੇ ਇਸਲਾਮ ਰਹਿਣਾ ਚਾਹੀਦਾ। ਦਾਵਾ ਤਾਂ ਮੇਰਾ ਹੀ ਹੋਇਆ ਨਾ, ਇਸ ਵੇਲੇ ਮੇਰਾ ਰਾਜ ਹੈ, ਮੇਰੇ ਰਾਜ ਵਿੱਚ ਜੋ ਤੁਸੀਂ ਕੀਤਾ ਉਹਦੇ ਵਾਸਤੇ ਮੇਰੇ ਕੋਲੋਂ ਆਗਿਆ ਨਹੀਂ ਲਈ ਹੈ। ਦਇਆ ਸਿੰਘ ਗੁਰ ਚਸ਼ਮਾ ਸੋ ਦੀਦਮ। ਉਸ ਵੇਲੇ ਜਿਹੜੇ ਗੁਰੂ ਪਾਤਸ਼ਾਹ ਨੇ ਉਹਨਾਂ ਦੇ ਜਿਹੜੇ ਚਸ਼ਮ ਨੇ ਕਹੀਏ ਨੇਤਰ, ਦੀਦਮ ਕਹੀਏ ਉਹਨਾਂ ਦਾ ਜਿਹੜਾ ਦਿਦਾਰ ਹੈ, ਮੇਲ ਹੋਣ ਕਿਸ ਥਾਂ ਰਸੀਦਮ, ਤੇ ਗੁਰੂ ਪਾਤਸ਼ਾਹ ਦੇ ਕਿਸ ਥਾਂ ਤੇ ਦਰਸ਼ਨ ਹੋ ਸਕਦੇ, ਲਾਲਸਾ ਪੈਦਾ ਹੋ ਗਈ ਇਹਦੇ ਅੰਦਰ। ਭਾਈ ਦਇਆ ਸਿੰਘ ਮੈਨੂੰ ਇਹ ਦੱਸ, ਜੇ ਮੈਂ ਇਹਨਾਂ ਅੱਖਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨੇ ਹੋਣ
ਤਾਂ ਫਿਰ ਮੈਨੂੰ ਮਹਾਰਾਜ ਕਿੱਥੇ ਮਿਲਣਗੇ, ਮੈਂ ਉੱਥੇ ਹੀ ਚਲੇ ਜਾਵਾਂਗਾ, ਜਿੱਥੇ ਵੀ ਹੋਣਗੇ ਉੱਥੇ ਹੀ ਜਾਵਾਂਗਾ ਮਿਲਣ ਵਾਸਤੇ। ਅਤੇ ਭਾਈ ਦਇਆ ਸਿੰਘ ਨੇ ਆਖਿਆ ਸੀ ਵੀ ਔਰੰਗਜ਼ੇਬ, ਤੇਰੇ ਕਰਮਾਂ ਵਿੱਚ ਗੁਰੂ ਦਾ ਦਰਸ਼ਨ ਹੈ ਹੀ ਨਹੀਂ ਹੈ, ਤੂੰ ਮਿਲਣਾ ਵੀ ਚਾਹਵੇਂ ਤਾਂ ਮਿਲਿਆ ਨਹੀਂ ਜਾ। ਗੁਰਮੁਖੋ ਇਸੇ ਤਰ੍ਹਾਂ ਹੀ ਹੋਇਆ ਸੀ। ਔਰੰਗਜ਼ੇਬ ਨੇ ਫਿਰ ਚਿੱਠੀ ਪਾਈ ਸੀ ਮਹਾਰਾਜ ਨੂੰ, ਪਾਤਸ਼ਾਹ ਮੈਨੂੰ ਦਰਸ਼ਨ ਦਿਓ ਇੱਕ ਵਾਰੀ ਜ਼ਰੂਰ, ਮੈਂ ਆਪਣੇ ਗੁਨਾਹਾਂ ਦੀ ਤੌਬਾ ਕਰਨੀ ਚਾਹੁੰਦਾ, ਮਾਫ਼ੀ ਮੰਗਣੀ ਚਾਹੁੰਦਾ। ਇਸ ਤੋਂ ਪਹਿਲਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਜਾਂਦੇ ਰਸਤੇ ਵਿੱਚ ਹੀ ਸੁਨੇਹਾ ਮਿਲ ਗਿਆ ਸੀ ਵੀ ਔਰੰਗਜ਼ੇਬ ਮਰ ਗਿਆ ਹੈ, ਦਰਸ਼ਨ ਨਾ ਹੋਏ ਦਸਵੇਂ ਪਾਤਸ਼ਾਹ ਦੇ। ਉਹ ਵਿਚਾਰ ਪ੍ਰਸੰਗ ਆਪਾਂ ਅੱਗੇ ਸਰਵਣ ਕਰਾਂਗੇ ਕਿ ਇਹ ਬਾਦਸ਼ਾਹ ਭਾਈ ਦਇਆ ਸਿੰਘ ਨੂੰ ਹੋਰ ਕਿਹੜੇ ਕਿਹੜੇ ਬਚਨ ਕਹਿੰਦਾ, ਅਤੇ ਭਾਈ ਦਇਆ ਸਿੰਘ ਉਹਨਾਂ ਦਾ ਕਿਵੇਂ ਜਵਾਬ ਦੇ ਕੇ ਫਿਰ ਮਹਾਰਾਜ ਦੇ ਕੋਲ ਆਉਂਦੇ, ਔਰ ਸਤਿਗੁਰੂ ਪਾਤਸ਼ਾਹ ਫਿਰ ਦਮਦਮਾ ਸਾਹਿਬ ਤੋਂ ਹਜ਼ੂਰ ਸਾਹਿਬ ਨੂੰ ਕਿਵੇਂ ਚਾਲਾ ਪਾਉਣਗੇ, ਰਸਤੇ ਵਿੱਚ ਕਿਹੜੇ ਕਿਹੜੇ ਕੌਤਕ ਵਰਤਾਉਂਦੇ ਨੇ, ਉਹ ਇਤਿਹਾਸ ਆਪਾਂ ਅੱਗੇ ਸਰਵਣ ਕਰਾਂਗੇ। ਸਤਿਗੁਰੂ ਕਿਰਪਾ ਕਰੇ, ਬਚਨ ਉਪਦੇਸ਼ ਗੁਰੂ ਦਾ ਸਾਡੇ ਹਿਰਦੇ ਵਸੇ ਤਾਂ ਕਿ ਸਾਡਾ ਭਲਾ ਹੋਵੇ। ਦੇਖੈ ਕਤੈ ਨਾ ਛੂਟੀਐ, ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰੇ ਉਤਾਰ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ।